ਵਿਦਵਾਨ ਕਵੀਸ਼ਰ ਜਥਾ ਬਹੁਤ ਵਿਦਵਾਨ ਗਿਆਨੀ ਜੋਗਾ ਸਿੰਘ ਜੀ ਭਾਗੋਵਾਲ ਤੁਸੀਂ ਇੱਕ ਵਾਰ ਜਿਹੜੀ ਹੈ ਕਵੀਸ਼ਰੀ ਦੇ ਰੂਪ ਦੇ ਵਿੱਚ ਅਕਸਰ ਸੁਣੀ ਹੋਏਗੀ ਕਿਉਂਕਿ ਲਿਖਦੇ ਬਹੁਤ ਵਧੀਆ ਨੇ ਬੜਾ ਬਾਕਮਾਲ ਲਿਖਦੇ ਨੇ ਗਿਆਨੀ ਜੋਗਾ ਸਿੰਘ ਜੀ ਭਾਗੋਵਾਲ ਔਰ ਪ੍ਰਬੰਧਕਾਂ ਦਾ ਇਹ ਹਰੇਕ ਸਾਲ ਜਿਹੜਾ ਉਪਰਾਲਾ ਹੁੰਦਾ ਕਿ ਆਪ ਸੰਗਤਾਂ ਦੇ ਸਨਮੁੱਖ ਕੌਮ ਦੇ ਵਿਦਵਾਨ ਢਾਡੀ ਜਥੇ ਕਵੀਸ਼ਰ ਜਥੇ ਪੇਸ਼ ਕੀਤੇ ਜਾਣ ਗਿਆਨੀ ਜੋਗਾ ਸਿੰਘ ਜੀ ਭਾਗੋਵਾਲ ਉਹਨਾਂ ਦੇ ਵਿੱਚੋਂ ਹੀ ਨੇ ਇੱਕ ਜਿਹੜੀ ਕਵਿਤਾ ਹੈ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਵੀਸ਼ਰੀ ਦੇ ਰੂਪ ਦੇ ਵਿੱਚ ਵੀ ਬੋਲੀ ਹੈ ਤੁਹਾਡੀ ਸੰਗਤਾਂ ਨੂੰ ਸਾਰੀਆਂ ਨੂੰ ਯਾਦ ਹੋਏਗੀ ਮਾਂ ਗੁਜਰੀ ਕਰਮਾਂ ਵਾਲੀ ਏ ਜਿਸ ਮਰਦ ਸੂਰਮਾ ਜਣਿਆ ਏ ਨੇਕੀ ਦੀ ਖਾਤਰ ਲੜਦਾ ਰਿਹਾ ਮਾੜੇ ਦਾ ਹਾਮੀ ਬਣਿਆ ਏ ਮਜ਼ਲੂਮਾਂ ਦੀ ਇੱਜ਼ਤ ਰਾਖੀ ਲਈ ਲਾ ਸਾਰਾ ਹੀ ਪਰਿਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਇਹ ਗਿਆਨੀ ਜੋਗਾ ਸਿੰਘ ਭਾਗੋਵਾਲ ਹੋਰਾਂ ਦੀ ਲਿਖੀ ਹੋਈ ਰਚਨਾ ਹੈ ਔਰ ਸਾਰਾ ਹੀ ਇਹ ਜਿੰਨਾ ਇਤਿਹਾਸ ਬੋਲਦੇ ਨੇ ਸਾਰਾ ਹੀ ਇਤਿਹਾਸ ਜਿਹੜਾ ਸਾਰੇ ਪ੍ਰਸੰਗ ਆਪ ਲਿਖਦੇ ਨੇ ਬੜਾ ਬਾਕਮਾਲ ਇਹਨਾਂ ਦੀ ਲਿਖਤ ਹੈ ਆਓ ਆਪ ਸੰਗਤਾਂ ਦੇ ਸਨਮੁੱਖ ਕੌਮ ਦੇ ਉਸ ਮਹਾਨ ਸੂਰਬੀਰ ਯੋਧੇ ਬਾਬਾ ਮਨੀ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਬੰਧ ਬੰਧ ਕੱਟੇ ਮੈਂ ਬੇਨਤੀ ਕਰ ਰਿਹਾ ਸੀ ਨਾ ਕਿ ਅੱਜ ਦਾ ਇਤਿਹਾਸ ਸਾਰਾ ਹੀ ਜਿਹੜਾ ਹੈ ਉਹੋ ਹੀ ਹੈ ਜਿਹਦੀ ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ ਅਤੇ ਉਹ ਸਾਰਾ ਇਤਿਹਾਸ ਆਪ ਸੰਗਤਾਂ ਸਰਵਣ ਕਰ ਰਹੀਆਂ ਹੈ ਕੌਮ ਦੇ ਉਸ ਮਹਾਨ ਸੂਰਬੀਰ ਯੋਧੇ ਬਾਬਾ ਮਨੀ ਸਿੰਘ ਸ਼ਹੀਦ ਦੀ ਗਾਥਾ ਕੌਮ ਦੇ ਵਿਦਵਾਨ ਕਵੀਸ਼ਰ ਜਥੇ ਗਿਆਨੀ ਜੋਗਾ ਸਿੰਘ ਜੀ ਭਾਗੋਵਾਲ ਤੋਂ ਆਪ ਸੰਗਤਾਂ ਨੇ ਸਰਵਣ ਕਰਨੀ ਹੈ ਇੱਕ ਘੰਟੇ ਦਾ ਇਹਨਾਂ ਨੇ ਸਮਾਂ ਹੈ ਉਹਨਾਂ ਤੋਂ ਬਾਅਦ ਕੌਮ ਦਾ ਵਿਦਵਾਨ ਢਾਡੀ ਜਥਾ ਗਿਆਨੀ ਜਗਦੀਸ਼ ਸਿੰਘ ਜੀ ਵਡਾਲਾ ਉਹਨਾਂ ਨੇ ਜਿਹੜੀ ਹਾਜ਼ਰੀ ਭਰਨੀ ਉਸ ਤੋਂ ਬਾਅਦ ਜਿਹੜੀ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰੂ ਨਾਨਕ ਦੇ ਨੈਣਾ ਦੇ ਨੂਰ ਸਿੱਖਾ ਸਦਾ ਲਈਏ ਦੁਨੀਆ ਆਬਾਦ ਤੇਰੀ ਲੱਖਾਂ ਪਿੰਜਰਿਆਂ ਵਿੱਚ ਤੂੰ ਬੰਦ ਹੋਵੇਂ ਤੇ ਫਿਰ ਵੀ ਰਵੇਗੀ ਰੂਹ ਆਜ਼ਾਦ ਤੇਰੀ ਹੋ ਤਾਰਾ ਤੂੰ ਦਸ਼ਮੇਸ਼ ਦੀ ਅੱਖ ਦਾ ਸੂਰਜ ਚੱਲ ਨਹੀਂ ਸਕਦਾ ਹੈ ਤਾਬ ਤੇਰੀ ਜ਼ੋਰਾਵਰ ਤੇ ਫਤਿਹ ਦੇ ਸੀਸ ਉੱਤੇ ਉਹ ਰੱਖੀ ਦੁਲਿਆ ਗਈ ਬੁਨਿਆਦ ਤੇਰੀ ਰੱਖੀ ਦੁਲਿਆ ਗਈ ਬੁਨਿਆਦ ਤੇਰੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਜੈ ਸੋ ਗੁਰ ਉਪਦੇਸਿਆ ਮੈਂ ਤੈ ਸੋ ਕਿਹਾ ਪੁਕਾਰ ਨਾਨਕ ਕਹੈ ਸੁਣ ਰੇ ਮਨਾ ਕਰ ਕੀਰਤਨ ਹੋਏ ਉਦਾਰ ਗੁਰੂ
ਜਦ ਵੀ ਧਰਮਾਂ ਦਾ ਕਿਤੇ ਵਿਰੋਧ ਹੋਇਆ ਜਾਂਦਾ ਹੱਸ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਖੀ ਉਡਾਰੀਆਂ ਖਾਲਸੇ ਨੇ ਉਹ ਸਿਦਕ ਸਬਰ ਤੇ ਅਣਖ ਦੀ ਲੈ ਗੁੜਤੀ ਦੇਹਾਂ ਫੇਰ ਹੀ ਧਾਰੀਆਂ ਖਾਲਸੇ ਨੇ ਮੌਤ ਖਾਲਸੇ ਤੋਂ ਜੀਵਨ ਮੰਗ ਦੀਏ ਤੇਗਾ ਮੌਤ ਨੂੰ ਮਾਰੀਆਂ ਖਾਲਸੇ ਨੇ ਧਰਮਾਂ ਦਾ ਕਿਤੇ ਵਿਰੋਧ ਹੋਇਆ ਜਾਨਾ ਹੱਸ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ ਲਾਈਆਂ ਅਰਖੀ ਉਡਾਰੀਆਂ ਖਾਲਸੇ ਨੇ ਉਹ ਸਿਦਕ ਸਬਰ ਤੇ ਅਣਖ ਦੀ ਲੈ ਗੁੜਤੀ ਦੇਹਾਂ ਫੇਰ ਹੀ ਧਾਰੀਆਂ ਖਾਲਸੇ ਨੇ ਮੌਤ ਖਾਲਸੇ ਤੋਂ ਜੀਵਨ ਮੰਗ ਦੀਏ ਤੇਗਾ ਮੌਤ ਨੂੰ ਮਾਰੀਆਂ ਖਾਲਸੇ ਨੇ ਫਰ ਜੋਣਾ ਜੋਧਿਆਂ ਦਾ ਮਰਦਾ ਵਾਂਗ ਮਰਨਾ ਜੂਣਾ ਜੋਧਿਆਂ ਦਾ ਮਰਦਾ ਵਾਂਗ ਮਰਨਾ ਮੁੱਢੋਂ ਰਿਹਾ ਨਿਸ਼ਾਨਾ ਏ ਖਾਲਸੇ ਦਾ ਚੜ੍ਹਦੀ ਕਲਾ ਸੁਰਬਤ ਦੇ ਭਲੇ ਵਾਲਾ ਉੱਚਾ ਸੁੱਚਾ ਤੁਰਨਾ ਏ ਖਾਲਸੇ ਦਾ ਸੀਸ ਤਲੀ ਤਰਿਆਰ ਦੀ ਗਲੀ ਜਾਣਾ ਰੱਬੀ ਰੂਪ ਦੀਵਾਨਾ ਏ ਖਾਲਸੇ ਦਾ ਜਿਹਦੀ ਛਿੱਟ ਪੀ ਕੇ ਉਹ ਚਿੜੀਆਂ ਬਾਜ ਮਾਰੇ ਅੰਮ੍ਰਿਤਮਈ ਖਜਾਨਾ ਏ ਖਾਲਸੇ ਸਿੱਖਿਆ ਨੀ ਲੜੇ ਖਾਲਸਾ ਤੇ ਗੁਦੀ ਧਾਰ ਬਣ ਕੇ ਇਹਨੂੰ ਪਿਤਾ ਦੁਸ਼ਮੇਸ਼ ਨੇ ਸਾਜਿਆ ਏ ਲੜੇ ਖਾਲਸਾ ਜੀਤ ਜੁਝਾਰ ਬਣ ਕੇ ਉਹ ਸੁੱਚਾ ਫੁੱਲ ਗੁਲਾਬ ਦਾ ਮਿੱਤਰਾਂ ਲਈ ਵੱਜੇ ਵੈਰੀਆਂ ਨੂੰ ਉਹ ਤਿੱਖਾ ਖਾਰ ਬਣ ਗਏ ਸਵਾ ਲੱਖ ਨਾਲ ਖਾਲਸਾ ਲੜੇ ਕੱਲਾ ਹਾਂਜੀ ਲੜੇ ਕੱਲਾ ਗੱਜੇ ਜੰਗ ਵਿੱਚ ਸ਼ਾਹ ਸਵਾਰ ਬਣ ਗਏ ਚਰਖੜੀ ਯਾਰਿਆਂ ਚੀਰ ਛੱਡ ਬੰਦ ਬੰਦ ਕੁਟਵਾਏ ਤਾਂ ਖਾਲਸੇ ਨੇ ਇੱਟਾਂ ਹੱਡੀਆਂ ਮੇਜ ਦਾ ਲਾਗਾਰਾ ਕੌਮੀ ਮਹਿਲ ਬਣਾਏ ਤਾਂ ਖਾਲਸੇ ਨੇ ਉਹ ਸ਼ਾਨ ਖਾਲਸੇ ਦੀ ਉਹ ਉੱਚੀ ਜੱਗ ਨਾਲੋਂ ਸੀਸ ਤਲੀ ਟਕਾਏ ਤਾਂ ਖਾਲਸੇ ਨੇ ਧਰਤੀ ਕੰਬੀ ਅਸਮਾਨ ਵੀ ਡੋਲ ਗਿਆ ਅਟਕ ਜਹੇ ਅਟਕਾਏ ਤਾਂ ਖਾਲਸੇ ਨੇ ਹਾਲੇ ਵੀ ਸਿੰਘਾਂ ਦੀ ਤੇਗ ਅੰਦਰ ਅਣਖੀ ਖੰਡਾ ਹੈ ਹਾਲੇ ਵੀ ਖਾਲਸੇ ਦਾ ਧਰਤੀ ਪੂਜ ਦੀ ਅਰਸ਼ ਵੀ ਕਰੇ ਸਜਦਾ ਉੱਚਾ ਝੁੱਲ ਦਾ ਚੰਡਾ ਹੈ ਖਾਲਸੇ ਦਾ ਜਿੱਥੇ ਸੱਚ ਤੇ ਝੂਠ ਦੀ ਪਰਖ ਹੁੰਦੀ ਪੂਰਾ ਤੋਲ ਦਾ ਕੰਡਾ ਹੈ ਖਾਲਸੇ ਦਾ ਜਿੱਥੋਂ ਸਾਰੀ ਹੀ ਸੰਗਤ ਨੂੰ ਮਿਲੇ ਚਾਨਣ ਉੱਚਾ ਝੁੱਲ ਦਾ ਝੰਡਾ ਹੈ ਖਾਲਸੇ ਦਾ ਉੱਚਾ ਝੁੱਲ ਦਾ ਝੰਡਾ ਹੈ ਖਾਲਸੇ ਦਾ ਵਾਹਿਗੁਰੂ ਜੀ ਬਾਣੀ ਵਿੱਚ ਗੁਰਦੇਵ ਜੀ ਸੱਚ ਕਹਿ ਗਏ ਬੰਦਾ ਹੈ ਕਿ ਇੱਕ ਸਵਾਸ ਦੀ ਗੱਲ ਨਾ ਕੋਈ ਰੂਪ ਉਹਦਾ ਨਾ ਕੋਈ ਰੰਗ ਉਹਦਾ ਹੋਂਦ ਰੱਬ ਦੀ ਦਿਲੀ ਵਿਸ਼ਵਾਸ ਦੀ ਗੱਲ ਆਉਂਦੀ ਪਰਤ ਬਹਾਰ ਹੈ ਖਿਜਾਂ ਅੰਦਰ ਖਿੜਦੀ ਰੂਹ ਅੰਦਰ ਜਦੋਂ ਆਸ ਦੀ ਗੱਲ ਭਾਗੋ ਵਾਲੀ ਆ ਕੌਮਾਂ ਨੂੰ ਬਲ ਮਿਲਦਾ ਹੈ ਚੱਲਦੀ ਮਰਦਾਂ ਦੇ ਜਦੋਂ ਇਤਿਹਾਸ ਦੀ ਗੱਲ ਮਰਦਾਂ ਦੇ ਇਤਿਹਾਸ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਛਤਰ ਛਾਇਆ ਹੇਠ ਸਜ ਰਹੇ ਦੀਵਾਨ ਵਿੱਚ ਬੜੇ ਲੰਮੇ ਸਮੇਂ ਤੋਂ ਆਪਣੀਆਂ ਸੁਰਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਸਮਰਪਿਤ ਕਰਕੇ ਬੈਠੇ ਸਤਿਕਾਰਯੋਗ ਖਾਲਸਾ ਜੀਓ ਕਿੰਨਾ ਸ਼ਬਦਾਂ ਨਾਲ ਤੁਹਾਡੀ ਮੁਹੱਬਤ ਨੂੰ ਮਿਣਿਆ ਜਾਏ ਕਿੰਨਾ ਸ਼ਬਦਾਂ ਨਾਲ ਤੁਹਾਨੂੰ ਤਸ਼ਬੀਹ ਦਿੱਤੀ ਜਾਏ ਕੇਵਲ ਮੁਹੱਬਤ ਦੇ ਸਮੁੰਦਰ ਨੂੰ ਮੁਹੱਬਤ ਦੇ ਮਾਪਦੰਡ ਨਾਲ ਮਿਣਿਆ ਜਾ ਸਕਦਾ ਇੰਨਾ ਪਿਆਰਾ ਵਾਜੂ ਮੰਡਲ ਔਰ ਇੰਨਾ ਵਧੀਆ ਮਾਹੌਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਨਾਲ ਬਣਿਆ ਹੋਇਆ ਆਓ ਸਭ ਤੋਂ ਪਹਿਲਾਂ ਫਤਿਹ ਗਜਾਓ ਫਿਰ ਕੋਈ ਤੁਹਾਡੇ ਨਾਲ ਵਿਚਾਰ ਸਾਂਝੀ ਕਰੀਏ ਫਤਿਹ ਢਿੱਲੀ ਨਾ ਗਜਾਇਓ ਦਾਨਸ਼ਮੰਦਾਂ ਦਾ ਕਥਨ ਹੈ ਜਿਸ ਕੌਮ ਦੇ ਨਾਰੇ ਅਤੇ ਜਕਾਰੇ ਕਮਜ਼ੋਰ ਹੋ ਜਾਣ ਉਸ ਕੌਮ ਦਾ ਆਉਣ ਵਾਲਾ ਭਵਿੱਖ ਵੀ ਕਮਜ਼ੋਰ ਹੋ ਜਾਇਆ ਕਰਦਾ ਕਿਰਪਾ ਕਰੋ ਇੱਕੇ ਵਾਰੀ ਕਹਿਣ 'ਤੇ ਸਾਰੇ ਮਾਈ ਭਾਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ
ਸਟੇਜ ਸਕੱਤਰ ਸਾਹਿਬ ਉਹਨਾਂ ਨੇ ਉਹਨਾਂ ਦਾਨੀ ਸੱਜਣਾਂ ਦਾ ਮਾਣ ਸਨਮਾਨ ਕੀਤਾ ਹੈ ਜਿਨ੍ਹਾਂ ਇਸ ਮੇਲੇ ਨੂੰ ਚੜ੍ਹਦੀ ਕਲਾ ਵਾਸਤੇ ਬੇਅੰਤ ਮਾਇਆ ਔਰ ਆਪਣਾ ਸਹਿਯੋਗ ਦਿੱਤਾ ਹੈ। ਮਾਲਵਾ ਟੀ ਵੀ 'ਤੇ ਲਾਈਵ ਚੱਲ ਰਿਹਾ, ਬੈਠੇ ਕਮਰੇ ਵਿੱਚ ਦੇਖ ਰਹੇ ਸਾਂ, ਇੱਥੇ ਤਾਂ ਤੁਸੀਂ ਜੁੜੇ ਹੀ ਹੋ ਸਤਿਗੁਰਾਂ ਦੇ ਚਰਨਾਂ ਵਿੱਚ ਔਰ ਇਸ ਮੰਚ ਰਾਹੀਂ ਕੁੱਲ ਦੇਸ਼ਾਂ ਵਿੱਚ ਬੈਠੇ ਹੋਏ NRI ਵੀਰ ਜਿਹੜੇ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਨੇ, ਅੱਜ ਸਾਰੇ ਕੰਮ ਕਾਜ ਛੱਡ ਕੇ ਕਿ ਸਾਡੇ ਨਗਰ 'ਚ ਵੀ ਸਾਲਾਨਾ ਜੋੜ ਮੇਲਾ ਹੈ, ਵੇਖੀਏ ਉੱਥੇ ਕਿਸ ਤਰ੍ਹਾਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ। ਇਹ ਸਾਰਾ ਕੁਝ ਉਹਨਾਂ ਸ਼ਹੀਦਾਂ ਦੀ ਕਰਨੀ ਨੂੰ ਪ੍ਰਣਾਮ ਹੈ। ਇੱਕ ਗੱਲ ਯਾਦ ਰੱਖੋ ਖਾਲਸਾ ਜੀ, ਦੁਨੀਆ ਦੀ ਕੋਈ ਕੌਮ ਸਾਡੇ ਨਾਲੋਂ ਗਿਣਤੀ ਵਿੱਚ ਵੱਧ ਸਕਦੀ ਹੈ, ਦੁਨੀਆ ਦੀ ਕੋਈ ਕੌਮ ਸਾਡੇ ਨਾਲੋਂ ਭੂਗੋਲਿਕ ਖੇਤਰ ਵਿੱਚ ਵੱਡੀ ਹੋ ਸਕਦੀ ਹੈ, ਦੁਨੀਆ ਦੀ ਕੋਈ ਕੌਮ ਧਨ ਦੌਲਤ ਵਿੱਚ ਸਾਡੇ ਨਾਲੋਂ ਅਗੇਰੇ ਜਾ ਸਕਦੀ ਹੈ, ਪਰ ਮਾਣ ਨਾਲ ਕਹਿ ਸਕਦੇ ਹਾਂ ਕਿ ਦੁਨੀਆ ਦੀ ਕੋਈ ਕੌਮ ਸ਼ਹੀਦਾਂ ਦੇ ਇਤਿਹਾਸ ਵਿੱਚ ਸਿੱਖ ਕੌਮ ਨਾਲੋਂ ਅੱਗੇ ਨਹੀਂ ਲੰਘ ਸਕਦੀ। ਇੰਨੇ ਜ਼ਿਆਦਾ ਸ਼ਹੀਦ ਇਸ ਕੌਮ ਨੇ ਪੈਦਾ ਕੀਤੇ ਨੇ, ਪਰ ਇਹ ਵੀ ਨਾਲ ਵੇਖ ਲੈਣਾ ਚਾਹੀਦਾ, ਕੁਝ ਚੀਜ਼ਾਂ ਬਣਾਈਆਂ ਜਾਂਦੀਆਂ ਨੇ, ਕੁਝ ਸਿਰਜੀਆਂ ਜਾਂਦੀਆਂ ਨੇ। ਬਣਾਉਣ ਵਿੱਚ ਅਤੇ ਸਿਰਜਣਾ ਵਿੱਚ ਅੰਤਰ ਹੁੰਦਾ, ਇਤਿਹਾਸ ਬਣਾਇਆ ਨਹੀਂ ਜਾਂਦਾ, ਇਤਿਹਾਸ ਸਿਰਜਿਆ ਜਾਂਦਾ। ਇਹਦੀ ਸਿਰਜਣਾ ਵਾਸਤੇ ਤਪੱਸਿਆ, ਕੁਰਬਾਨੀ, ਸਦਕ, ਮੁਹੱਬਤ, ਗੈਰਤ, ਅਖਲਾਕ, ਬਹੁਤ ਸਾਰਾ ਮਟੀਰੀਅਲ ਚਾਹੀਦਾ, ਫਿਰ ਜਾ ਕੇ ਕੌਮਾਂ ਦਾ ਇਤਿਹਾਸ ਸ਼ਹੀਦਾਂ ਦੇ ਲਹੂ ਨਾਲ ਲਿਖਿਆ ਜਾਂਦਾ। ਐਵੇਂ ਨਹੀਂ ਕਿਸੇ ਨੇ ਲਿਖਿਆ ਬਣਦੇ ਕਦੇ ਇਤਿਹਾਸ ਨਹੀਂ ਇਸ ਗੱਲੇ ਕਿ ਅਸੀਂ ਰਾਜਿਆਂ ਦੇ ਇੰਨੇ ਪੂਰ ਜੰਮੇ, ਆਉਣ ਵਾਲੀਆਂ ਪੀੜ੍ਹੀਆਂ ਤਾਂ ਇਹ ਪੁੱਛਣਾ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ, ਝੱਖੜ ਲੱਖ ਚੁੱਲ੍ਹੇ, ਇਨਕਲਾਬ ਆਵੇ, ਅਰਸ਼ ਫਰਸ਼ ਦੀ ਮਿੱਟੀ ਉਡਾਉਣ ਵਾਲਾ, ਮੇਰੇ ਸੋਹਣੇ ਸ਼ਹੀਦਾਂ ਦੀ ਯਾਦ ਉੱਤੇ ਉਹ ਕੋਈ ਜੰਮਿਆ ਧੂੜ ਨਹੀਂ ਪਾਉਣ ਵਾਲਾ, ਚਾਹ ਜਿਨ੍ਹਾਂ ਨੂੰ ਝੰਗਾਂ 'ਤੇ ਵੇਲਿਆਂ ਦਾ, ਉਹ ਨਹੀਂ ਵੇਖਦੇ ਤਖ਼ਤ ਹਧਾਰਿਆਂ ਵੱਲ, ਕੱਚੇ ਘੜੇ 'ਤੇ ਤਰਨ ਦਾ ਸ਼ੌਂਕ ਜਿਹਨੂੰ, ਕਦੋਂ ਪਰਤਦੀ ਫੇਰ ਕਿਨਾਰਿਆਂ ਵੱਲ, ਪਰ ਸਦਾ ਜੱਗ 'ਤੇ ਰਹਿੰਦੀਆਂ ਉਹ ਕੌਮਾਂ ਜਿਹੜੀਆਂ ਕੌਮਾਂ ਨੂੰ ਮਰਨ ਦਾ ਝੱਲ ਪੈ ਜਾਏ, ਪੈਂਦਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਭਾਵੇਂ ਕੱਲ੍ਹ ਪੈ ਜਾਏ। ਅੱਜ ਜੇ ਹਿੰਦੁਸਤਾਨ ਦੇ 125 ਕਰੋੜ ਆਦਮੀ ਦੇ ਚਿਹਰੇ 'ਤੇ ਕੋਈ ਲਾਲੀ ਹੈ, ਕੋਈ ਆਜ਼ਾਦੀ ਦਾ ਚਿੰਨ੍ਹ ਹੈ, ਤਾਂ ਇਹ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਦੀ ਬਦੌਲਤ ਜਿਨ੍ਹਾਂ ਨੂੰ ਤੁਸੀਂ ਲੜੀਵਾਰ ਯਾਦ ਕਰ ਰਹੇ ਹੋ। ਮੇਰੇ ਤੋਂ ਪਹਿਲਾਂ ਢਾਡੀ ਜਥਾ 1726 ਦੀ ਗੱਲ ਕਰਕੇ ਗਿਆ, ਖਾਨ ਬਹਾਦਰ ਖਾਨ ਜ਼ਕਰੀਆ ਖਾਨ ਜੰਮੂ ਦਾ ਗਵਰਨਰ ਸੀ, ਇਹਨੂੰ ਬਦਲ ਕੇ ਪੰਜਾਬ ਲਾਇਆ, ਇਹਦੇ ਬਾਪ ਨੂੰ ਬਦਲ ਕੇ ਮੁਲਤਾਨ ਲਾਇਆ, ਇਸ ਸ਼ਰਤ 'ਤੇ ਕਿ ਖਾਨ ਬਹਾਦਰ ਖਾਨ ਜ਼ਕਰੀਆ ਖਾਨ ਸਿੱਖ ਕੌਮ ਦਾ ਨਾਮੋ ਨਿਸ਼ਾਨ ਮਿਟਾ ਦੇਵੇਗਾ, ਔਰ ਜੇ ਇਸ ਕਾਰਜ ਵਿੱਚ ਉਹ ਅਸਫਲ ਰਿਹਾ ਤਾਂ ਦਿੱਲੀ ਦੀ ਸਰਕਾਰ ਉਹਦੇ ਕੋਲੋਂ ਅਹੁਦਾ ਖੋ ਲਵੇਗੀ। ਉਹਨੇ ਲਾਹੌਰ ਦੀ ਗਵਰਨਰੀ ਸੰਭਾਲਦਿਆਂ ਹੀ 10,000 ਨਵੀਂ ਫੌਜ ਭਰਤੀ ਕੀਤੀ, ਚੌਧਰੀ ਮੁਕਰਰ ਕੀਤੇ, ਉਹਨਾਂ ਨੂੰ ਪਿੰਡ ਅਤੇ ਤਹਿਸੀਲਾਂ ਵਿੱਚ ਵੰਡਿਆ, ਹਦਾਇਤ ਕੀਤੀ ਜਿੰਨੇ ਵੀ ਤੁਹਾਡੇ ਅਧੀਨ ਨਗਰ ਆਉਂਦੇ ਨੇ ਉਹਨਾਂ ਨਗਰਾਂ ਵਿੱਚ ਕੋਈ ਵੀ ਖਾੜਕੂ ਸਿੰਘ, ਉਹਦੀ ਕੋਈ ਸਰਗਰਮ ਗਤੀਵਿਧੀ, ਉਹਦੇ ਨਾਲ ਕੋਈ ਮੇਲ ਮਿਲਾਪ ਰੱਖਣ ਵਾਲਾ, ਉਹ ਸਾਰੀ ਜਿਹੜੀ ਰਿਪੋਰਟ ਹੈ ਉਹ ਲਾਹੌਰ ਪਹੁੰਚਾਓਗੇ ਤਾਂ ਕਿ ਉਹਨਾਂ ਦੇ ਵਿਰੁੱਧ ਕੋਈ ਸਰਕਾਰੀ ਕਾਰਵਾਈ ਕੀਤੀ ਜਾ ਸਕੇ। ਬਹੁਤ ਸਾਰੇ ਲੋਕਾਂ ਨੇ ਇਸ ਤਰ੍ਹਾਂ ਮੁਖਬਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਯਾਦ ਰੱਖੋ ਅਨੇਕਾਂ ਝੱਖੜ ਆਏ, ਅਨੇਕਾਂ ਤੂਫਾਨ ਆਏ, ਲੇਕਿਨ ਸਿੱਖ ਕੌਮ ਦੇ ਜਜ਼ਬਿਆਂ ਨੂੰ ਕੋਈ ਰੁਕਾਵਟ ਨਹੀਂ ਪਾ ਸਕਿਆ, ਜਜ਼ਬੇ ਵੱਧਦੇ ਗਏ। ਇੱਕ ਪਾਸੇ ਖਾਨ ਬਹਾਦਰ ਖਾਨ ਪਲ ਪਲ ਦੀ ਖਬਰ ਰੱਖਦਾ ਸਿੱਖਾਂ ਨੂੰ ਮੁਕਾਉਣ ਦੀਆਂ ਵਿਉਂਤਾਂ, ਅਤੇ ਦੂਜੇ ਬੰਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ, ਨਾਲ ਦੀ ਨਾਲ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮਨੀ ਸਿੰਘ ਜੀ, ਉਹ ਐਡੇ ਮੁਸ਼ਕਲ ਭਰੇ ਸਮੇਂ ਵਿੱਚ ਵੀ ਜਿਹੜੀ ਪਨੀਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਾ ਗਏ ਉਹਨੂੰ ਪਾਣੀ ਪਾ ਕੇ ਪ੍ਰਫੁੱਲਤ ਕਰ ਰਹੇ ਨੇ, ਤਾਂ ਕਿ ਇਹਨਾਂ ਤੂਫਾਨਾਂ ਵਿੱਚ ਖਾਲਸਾ ਪੰਥ ਇਕੱਤਰ ਹੈ। ਔਰ ਯਾਦ ਰੱਖੋ ਉਹ ਆਪਣੀ ਜਗ੍ਹਾ ਵਿਦਵਾਨ ਵੀ ਨੇ, ਯੋਧੇ ਵੀ ਨੇ, ਔਰ ਉਸ ਸਮੇਂ ਦੇ ਲਿਹਾਜ਼ ਨਾਲ ਕੌਮ ਦੇ ਵੱਡੇ ਲੀਡਰ ਵੀ ਨੇ। ਉਹਨਾਂ ਨੇ ਸੋਚਿਆ ਬੜਾ ਮਾਰੂ ਸਮਾਂ, ਪਿਛਲੇ ਕਈਆਂ ਸਾਲਾਂ ਤੋਂ ਸਿੱਖ ਕੌਮ ਇੱਕ ਮੰਚ ਉੱਤੇ ਇਕੱਠੀ ਨਹੀਂ ਹੋਈ, ਕਿਉਂਕਿ ਹਾਲਾਤ ਹੀ ਇਸ ਤਰ੍ਹਾਂ ਦੇ ਨੇ, ਕੋਈ ਕਾਨੂੰਨ ਦੀ ਛੰਭ ਵਿੱਚ ਹੈ, ਕੋਈ ਬੀਕਾਨੇਰ ਦੇ ਜੰਗਲ ਵਿੱਚ ਹੈ, ਕੋਈ ਕਿਤੇ ਵਿਚ ਰਿਹਾ। ਦੀਵਾਲੀ ਦਾ ਬਹਾਨਾ ਬਣਾ ਕੇ ਕੌਮ ਨੂੰ ਇਕੱਤਰ ਕਰਨ ਦਾ ਫੈਸਲਾ ਕੀਤਾ ਗਿਆ, ਤਾਂ ਕਿ ਕੌਮ ਦੀ ਇਕੱਤਰਤਾ ਵਿੱਚੋਂ ਕੋਈ ਨਵਾਂ ਇਨਕਲਾਬ ਦਾ ਅਧਿਆਇ ਲਿਖਿਆ ਜਾ ਸਕੇ। ਲੀਡਰਾਂ ਵਿੱਚ ਦਲੇਰੀ ਜਵਾਨਮਰਦੀ ਕਿੰਨੀ ਵੀ ਹੋਵੇ, ਜਦ ਤੱਕ ਉਹ ਇੱਕ ਮੰਚ 'ਤੇ ਇਕੱਤਰ ਨਹੀਂ ਹੁੰਦੇ ਕੌਮਾਂ ਦਾ ਭਵਿੱਖ ਹਨੇਰਾ ਹੋ ਜਾਇਆ ਕਰਦਾ। ਕੌਮ ਦੇ ਦਾਨਿਸ਼ਮੰਦ ਆਗੂ ਨੇ, ਕੌਮ ਦੇ ਮਹਾਨ ਵਿਦਵਾਨ ਨੇ, ਔਰ ਕਮਾਇਆ ਹੋਇਆ ਉਹਨਾਂ ਦਾ ਜੀਵਨ ਹੈ, ਕੇਵਲ ਗੁਰਬਾਣੀ ਦੀ ਵਿਆਖਿਆ ਹੀ ਨਹੀਂ ਕੀਤੀ, ਸ਼ਬਦ ਦੀ ਕਥਾ ਹੀ ਨਹੀਂ ਕੀਤੀ, ਸ਼ਬਦ ਨੂੰ ਰੋਮ ਰੋਮ ਵਿੱਚ ਢਾਲਿਆ ਹੋਇਆ। ਐਵੇਂ ਨਹੀਂ ਬੰਦ ਬੰਦ ਕਟਵਾ ਗਏ ਸਿੰਘ ਸਾਹਿਬ, ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਸਰਕਾਰ ਨਾਲ ਗੱਲ ਕੀਤੀ
कि असी दिवाली का मेला मना चाहते सरकार ने आख्या तुसी साढ़े वास्ते कोई खतरा पैदा नहीं करोगे उन्हें आख्या साड़ी गरंटी है सिख आउणगे मत्था टेकणगे इशनान करणगे कड़ा प्रसादियां देगां करवा के सतगुरां दे दर्शन दार करन तों बाद चले जाणगे लेकिन मनसा सी एक वारी कौम एकत्र तां होवे वक्त दे नाजम ने 10,000 रुपया मुकर्र किया मेले तों बाद दे दिता जाएगा सिंह साहब जी ने वादा कर लिया हरिमंदर साहब आए चिट्ठियां लिखियां सतगुरां दे चरणां विच नमस्कार करके हे सच्चे पातशाह ये खालसा तेरा साजिया होया क्योंकि प्रगटे हो खालसा परमात्म की मौज खालसा अकाल पुर की फौज ये उत्ते तेरी मोहर लगी हुई है एक जगह एकत्र होवे ये बोल बाले कायम होन अपने भविख दियां कोई नवीं स्कीम सोच सके इस करके मैनू बल बख्शो मैं चिट्ठियां लिख रहा कौम के जथेदारां नू एक जगह हो आओ वख वख जथियां विच वंडी हुई कौम के सरदारां दे नां पत्रकार उत्ते सिंह साहिब भाई मनी सिंह जी ने जो पैगाम लिखे जिवें उन्हां नू गुरमत की बोली विच आवाज़ मारी आओ खालसे श्री अमृतसर की धरती से दिवाली का मेला मनाइए तो आने वाले भविख बारे विचारा करिए उन्हां दियां लिखियां हुई चिट्ठियां के मजमून नू एक कली दे छंद विच दे रूप विच भागवालियां दा कवीशर जत्था इन्हां शब्दां विच इउं कह रहा है दिते कल सने भाई साहब ने सिंगा नू ओ लिखे आया जो सिंगो रल के पुरब मनाइए आगी करी मुबारक कृपा की सतगुर ने ओ करिए शुकर पिता दा चरनी सीस झुकाइए सब तो जगह पवित्र सिखा लई हरि मंदिर है ओ खुले करिए दर्शन गीत हरि दे गाइए सरदा दे नाल सीस चुका के बख्शन हारे नू ओ बाणी पढ़िए अपना जीवन सफल बनाइए नाके काले कागहन सो जांदे ने मैं सदके जिथे ना के काले कागहन सो जांदे ने ओ सरोवर दे विच रज रज टुब्बियां लाइए सच अखां उस सरोवर दे विच रज रज टुब्बियां लाइए जिसनु शोके पिंगला राजी हो गया रजनी दा ओ निर्मल जल दे अंदर मैल दिला दी ला नगरी सतगुर दी ओ दर्शन करके दिल चो दुई दवैत मटाइए लगना पुरब दिवाली दीवे जगने खुशियां दे ओ होनी मेर दी वर्खा जीवन नूर शनाइए ऐसे दिन ही दाते बंधन तोड़े राजा दे ओ बंदी छोड़ पिता दियां जादां नू दोहराइए ओ उच्चा अकाल तख्त दा रुतबा सारी दुनिया तू मैं सदके उच्चा अकाल तख्त दा रुतबा सारी दुनिया तू ओ मीरी पीरी वाले पंचम दो लहराइए सच अखां मीरी पीरी वाले पंचम दो लहराइए पूरन मिली उजादी खतरा कोई ना मुगला दा ओ जुम्मेवार असी हां दिल चो खोफ मटाइए मैनू कोई तुराज नहीं खान बहादुर मन गया ओ मिलिया वक्त सुनहरी इस तो लाभ उठाइए के कुल रजेवे मसले दुनियादारी दे ओ करे अरदास चले अमृतसर नू पाइए एक नू दूजा कह दे दूजा आखे तीजे नू ओ कारज समझ गुरु दा हर था सुनहे पचाइए कईआं सालां पिछों पंथ अकत्तर होवेगा कितनी खुशी होवेगी दिल दिया रीजा हलाइए भाग वालिया सुते भाग जुगाल मस
ਪੰਥਕ ਦੇ ਓਏ ਆਉਣਾ ਪੰਥ ਖਾਲਸਾ ਰਾਹੀ ਨੈਣ ਵਿਛਾਏ ਸੱਚ ਅੱਖਾਂ ਆਉਣਾ ਪੰਥ ਖਾਲਸਾ ਰਾਹੀ ਨੈਣ ਵਿਛਾਏ ਸਤਿਕਾਰਯੋਗ ਖਾਲਸਾ ਜੀ ਕਿਸੇ ਵੀ ਚੀਜ਼ ਦੀ ਮਹਾਨਤਾ ਦਾ ਉਦੋਂ ਪਤਾ ਲੱਗਦਾ ਜਦੋਂ ਨਹੀਂ ਰਹਿੰਦੇ ਵਿਛੋੜੇ ਤੋਂ ਬਾਅਦ ਹੀ ਪਤਾ ਲੱਗਦਾ ਮੁਹੱਬਤ ਦੀ ਤਲਬ ਕੀ ਹੁੰਦੀ ਹੈ ਵਸਲ ਦੀਆਂ ਘੜੀਆਂ ਕੀ ਹੁੰਦੀਆਂ ਹਨ ਖਾਲਸੇ ਨੂੰ ਚਾਅ ਚੜ੍ਹ ਗਿਆ ਕਿ ਸਿੰਘ ਸਾਹਿਬ ਨੇ ਸਾਡੇ ਇਕੱਤਰ ਹੋਣ ਦਾ ਪ੍ਰੋਗਰਾਮ ਬਣਾਇਆ ਅੱਜ ਦੇ ਸਿੰਘ ਸਾਹਿਬ ਅਤੇ ਭਾਈ ਮਨੀ ਸਿੰਘ ਦੇ ਜੀਵਨ ਨੂੰ ਤੁਲਨਾਤਮਕ ਅਧਿਐਨ ਰਾਹੀਂ ਵੇਖਣਾ ਪਵੇਗਾ ਕਿ ਮੌਜੂਦਾ ਜਥੇਦਾਰੀ ਕਿੱਥੇ ਖੜ੍ਹੀ ਹੈ ਅਤੇ ਉਸ ਵਕਤ ਦੇ ਜਥੇਦਾਰ ਦਾ ਕੌਮ ਨਾਲ ਪਿਆਰ ਕਿੱਥੇ ਖੜ੍ਹਾ ਇਹ ਸਾਰੀ ਕਹਾਣੀ ਦਾ ਪਤਾ ਸਿੱਖ ਕੌਮ ਦੇ ਦੋਖੀਆਂ ਨੂੰ ਲੱਗਾ ਹਰਭਗਤ ਨਰੰਜਣੀਆਂ ਲਖਪਤ ਰਾਏ ਜਸਪਤ ਰਾਏ ਇਤ ਆਦਿ ਗੁਰੂ ਘਰ ਦੇ ਵਿਰੋਧੀ ਉਹਨਾਂ ਸੋਚਿਆ ਜੇ ਪੰਥ ਇਕੱਠਾ ਹੋ ਗਿਆ ਤਾਂ ਰਾਜ ਕਰੇਗਾ ਸੰਕਲਪ ਰਾਜ ਕਰੇਗਾ ਖਾਲਸਾ ਦਾ ਸੰਕਲਪ ਹਕੀਕਤ ਵਿੱਚ ਬਦਲਿਆ ਜਾਏਗਾ ਔਰ ਸ਼ਕਤੀ ਵਿੱਚੋਂ ਕੋਈ ਨਵੀਂ ਮਾਂ ਸ਼ਕਤੀ ਜਨਮ ਲਏਗੀ ਕਿਸੇ ਨਾ ਕਿਸੇ ਢੰਗ ਨਾਲ ਇਸ ਪ੍ਰੋਗਰਾਮ ਨੂੰ ਤਾਰਪੀਡੋ ਕਰ ਦਿੱਤਾ ਜਾਏ ਬਰਬਾਦ ਕਰ ਦਿੱਤਾ ਜਾਏ ਜਾਂ ਖਾਨ ਬਹਾਦਰ ਨੂੰ ਕੋਈ ਉਲਟ ਰਹਿ ਦਿੱਤੀ ਜਾਏ ਆਏ ਖਾਨ ਬਹਾਦਰ ਖਾਨ ਜ਼ਕਰੀਆ ਖਾਨ ਕੋਲ ਕਹਿੰਦੇ ਇੱਕ ਪਾਸੇ ਦਾਅਵਾ ਕਰਨਾ ਕਿ ਖਾਲਸੇ ਨੂੰ ਜੜ੍ਹਾਂ ਤੋਂ ਮੁਕਾ ਦਿਆਂਗਾ ਅਤੇ ਦੂਜੇ ਬੰਨੇ ਉਹਨੂੰ ਪ੍ਰਫੁੱਲਤ ਹੋਣ ਵਾਸਤੇ ਮੌਕਾ ਪ੍ਰਦਾਨ ਕਰਨਾ ਤੇਰੀ ਦੋਹਰੀ ਨੀਤੀ ਹੈ ਉਹਨੇ ਆਖਿਆ ਅਮਨ ਅਮਾਨ ਨਾਲ ਮੱਥਾ ਟੇਕਣਗੇ ਚਲੇ ਜਾਣਗੇ ਸਰਕਾਰ ਦਾ ਕੀ ਜਾਂਦਾ ਰੁਪਈਆ 10,000 ਖਜ਼ਾਨੇ ਵਿੱਚ ਆ ਜਾਣਾ ਇਹਨਾਂ ਗੁਰੂ ਕਰਦਿਆਂ ਦੋਖੀਆਂ ਨੇ ਆਖਿਆ ਖਾਨ ਬਹਾਦਰ ਇਸ ਤਜਵੀਜ਼ ਵਿੱਚ ਇੱਕ ਨਵੀਂ ਤਜਵੀਜ਼ ਜੋੜ ਦਈਏ ਉਹਨੇ ਆਖਿਆ ਕਿਵੇਂ ਇਹ ਕਹਿੰਦੇ ਜਿਹੜੀ ਹੁੰਦੀ ਹੈ ਨਾ ਕੁਰਸੀ ਜਿਹਦੇ 'ਤੇ ਤੂੰ ਬੈਠਾ ਇਹਨੂੰ ਰਾਜਨੀਤੀ ਕਹਿੰਦੇ ਰਾਜਨੀਤੀ ਵਿੱਚ ਵਾਅਦਾ ਕਰਨਾ ਅਤੇ ਮੁੱਕਰ ਜਾਣਾ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਧੋਖੇ ਦੇ ਨਾਂ 'ਤੇ ਹੀ ਇਹ ਖੜ੍ਹੀ ਹੁੰਦੀ ਹੈ ਧੋਖੇ ਨਾਲ ਹੀ ਇਹ ਖਤਮ ਹੋ ਜਾਂਦੀ ਜਦ ਉਹ ਸ਼੍ਰੀ ਦਰਬਾਰ ਸਾਹਿਬ ਆਉਣ ਅਮਨ ਅਮਾਨ ਨਾਲ ਆਪਣੇ ਗੁਰੂ ਨੂੰ ਮੱਥਾ ਟੇਕ ਰਹੇ ਹੋਣ ਉਹਨਾਂ ਦੇ ਚਿੱਤ ਚੇਤੇ ਵਿੱਚ ਵੀ ਨਾ ਹੋਵੇ ਕਿ ਸਰਕਾਰ ਬਦਲ ਜਾਏਗੀ ਉਸ ਵਕਤ ਕੀਤੇ ਹੋਏ ਵਾਅਦੇ ਦੇ ਕਤਲ ਕਰਕੇ ਧੱਜੀਆਂ ਉਡਾ ਕੇ ਖੁਫੀਆ ਫੌਜਾਂ ਰਾਹੀਂ ਘੇਰਾ ਪਾ ਕੇ ਪੰਥ ਖਾਲਸੇ ਨੂੰ ਇੱਕੇ ਜਗ੍ਹਾ ਖਤਮ ਕਰ ਦਿਓ ਰੋਜ਼ ਰੋਜ਼ ਉਹ ਪਿੰਡਾਂ 'ਚੋਂ ਲੱਭ ਕੇ ਇਕੱਲਾ ਇਕੱਲਾ ਲਿਆ ਕੇ ਮਾਰ ਦਿਓ ਜਦ ਲੀਡਰਸ਼ਿਪ ਮਰ ਗਈ ਕੌਮ ਦੇ ਦਰਦੀ ਮੁੱਕ ਗਏ ਫਿਰ ਪਤਾ ਨਹੀਂ ਕਿੰਨੀਆਂ ਸਦੀਆਂ ਲੱਗ ਜਾਣਗੀਆਂ ਕੌਮ ਨੂੰ ਦੁਬਾਰਾ ਸੁਰਜੀਤ ਹੋਣ ਵਿੱਚ ਇਹ ਤਜਵੀਜ਼ ਤੁਹਾਡੀ ਸਿਰੇ ਚੜ੍ਹ ਜਾਏਗੀ ਜੇ ਤੁਸੀਂ ਸਾਡੀ ਇਸ ਰਾਏ ਵਿੱਚ ਹਾਂ ਕਰੋ ਖਾਲਸਾ ਜੀ ਚੰਗੇ ਬੰਦੇ ਜਿੰਨਾ ਚਿਰ ਚੰਗਿਆਈ ਨਾ ਕਰ ਲੈਣ ਉਹਨਾਂ ਨੂੰ ਆਨੰਦ ਨਹੀਂ ਮਿਲਦਾ ਜਿਹੜੇ ਬੁਰੇ ਬੰਦੇ ਨੇ ਉਹ ਜਿੰਨਾ ਚਿਰ ਬੁਰਿਆਈ ਨਾ ਕਰ ਲੈਣ ਸਕੂਨ ਉਹਨਾਂ ਨੂੰ ਵੀ ਨਹੀਂ ਮਿਲਦਾ ਗੁਰੂ ਘਰ ਦੇ ਦੋਖੀ ਖਾਨ ਬਹਾਦਰ ਖਾਨ ਜ਼ਕਰੀਆ ਖਾਨ ਦੇ ਕੋਲ ਜਿਵੇਂ ਖਾਲਸਾ ਪੰਥ ਨੂੰ ਇੱਕੇ ਵਾਰੀ ਮਕਾਉਣ ਦੀ ਤਜਵੀਜ਼ ਦੇ ਰਹੇ ਨੇ ਇਹਨਾਂ ਸ਼ਬਦਾਂ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ ਖਾਨ ਨੂੰ ਸੁਖਾਵੇ ਦਾ ਲੱਖ ਪਤ ਜੀ ਖੋਟੀ ਭਰੀ ਜੀ ਦੇ ਹੈ ਦਿਮਾਗੀ ਮਤ ਜੀ ਖੋਟੀ ਭਰੀ ਜੀ ਦੇ ਹੈ ਦਿਮਾਗੀ ਮਤ ਜੀ ਉਹ ਕਹਿੰਦਾ ਤਾਂ ਤਜਵੀਜ਼ ਸੁਣੋ ਲਾ ਪਿਆਨ ਜੀ ਸਿੰਘਾਂ ਦਾ ਮਟਾਈਏ ਜਾਗ ਤੋਂ ਨਿਸ਼ਾਨ ਜੀ ਸਿੰਘਾਂ ਦਾ ਮਟਾਈਏ ਜਾਗ ਤੋਂ ਨਿਸ਼ਾਨ ਜੀ ਲੰਘਿਆ ਵਕਤ ਨਹੀਂ ਜੇ ਹੱਥ ਆਵਦਾ ਬੀਤਿਆਂ ਨੂੰ ਝੂਰ ਬੰਦਾ ਪਛੋਂ ਤਾਵਦਾ ਬੀਤਿਆਂ ਨੂੰ ਝੂਰ ਬੰਦਾ ਪਛੋਂ ਤਾਵਦਾ ਮੌਕਾ ਜੋ ਪਛਾਣੇ ਉਹ ਨੀਤੀਵਾਨ ਜੀ ਸਿੰਘਾਂ ਦਾ ਮਟਾਈਏ ਜਾਗ ਤੋਂ ਨਿਸ਼ਾਨ ਜੀ ਸਿੰਘਾਂ ਦਾ ਮਟਾਈਏ ਜਾਗ ਤੋਂ ਨਿਸ਼ਾਨ ਜੀ ਸਰਕਾਰ ਨਾਲ ਰਹਿਣ ਕਹਿੰਦੇ ਜੋ ਰਾਜ ਕਰੂ ਖਾਲਸਾ ਹਮੇਸ਼ਾ ਕਹਿੰਦੇ ਹੋ ਰਾਜ ਕਰੂ ਖਾਲਸਾ ਹਮੇਸ਼ਾ ਕਹਿੰਦੇ ਹੋ ਬੰਦ ਕਰ ਦਈਏ ਉੱਕੀ ਹੀ ਜ਼ਬਾਨ ਜੀ ਸਿੰਘਾਂ ਦਾ ਮਟਾਈਏ ਜਾਗ ਤੋਂ ਨਿਸ਼ਾਨ ਜੀ ਸਿੰਘਾਂ ਦਾ ਮਟਾਈਏ ਜਾਗ ਤੋਂ ਨਿਸ਼ਾਨ ਜੀ ਮੇਲਾ ਉੱਥੇ ਬਹੁਤ ਭਾਰਾ ਜੀ ਇਕੱਠਾ ਹੋਣਾ ਗੁਰੂ ਦਾ ਜੇ ਪੰਥ ਸਾਰਾ ਜੀ ਇਕੱਠਾ ਹੋਣਾ ਗੁਰੂ ਦਾ ਜੇ ਪੰਥ ਸਾਰਾ ਜੀ ਉਹ ਸਿੱਖਾਂ ਲਈ ਦੀਵਾਲੀ ਏ ਬੜੀ ਮਹਾਨ ਜੀ ਸਿੰਘਾਂ ਦਾ ਮਟਾਈਏ ਜਾਗ ਤੋਂ ਨਿਸ਼ਾਨ ਜੀ ਸਿੰਘਾਂ ਦਾ ਮਟਾਈਏ ਜਾਗ ਤੋਂ ਨਿਸ਼ਾਨ ਜੀ ਕਲੇਸ਼ ਵਾਲਾ ਪਾਇਆ ਵੱਡੀਏ ਪਾਇਆ ਵੱਡੀਏ ਮੈਂ ਕਿਹਾ ਪਾਇਆ ਵੱਡੀਏ ਨੇਤੂ ਦੇ ਕਲੇਸ਼ ਵਾਲਾ ਪਾਇਆ ਵੱਡੀਏ ਕਾਬੂ ਆਇਆ ਵੈਰੀ ਨਾ ਕਦੇ ਵੀ ਛੱਡੀਏ ਕਾਬੂ ਆਇਆ ਵੈਰੀ ਨਾ ਕਦੇ ਵੀ ਛੱਡੀਏ ਉਹ ਚਾਣਕੇ ਦੀ ਨੀਤੀ ਕਰੇ ਵੱਖ ਆਣ ਜੀ ਸਿੰਘਾਂ ਦਾ ਮਟਾਈਏ ਜਾਗ ਤੋਂ ਨਿਸ਼ਾਨ ਜੀ ਸਿੰਘਾਂ ਦਾ ਮਟਾਈਏ ਜਾਗ ਤੋਂ ਨਿਸ਼ਾਨ ਜੀ ਸਭਾ ਦੇ ਮੰਨਦੇ
ਰੱਖ ਦੇ ਵਕੁੱਤ ਭਾਈ ਸਰਕਾਰ ਨੂੰ, ਰੱਖ ਦੇ ਵਕੁੱਤ ਭਾਈ ਸਰਕਾਰ ਨੂੰ। ਉਹ ਕਿੰਨਾ ਸਾਡਾ ਕੀਤਾ ਅੱਗੇ ਨੁਕਸਾਨ ਜੀ, ਸਿੰਘਾਂ ਦਾ ਮਟਾਈਏ ਜੱਗ ਤੋਂ ਨਿਸ਼ਾਨ ਜੀ, ਸਿੰਘਾਂ ਦਾ ਮਟਾਈਏ ਜੱਗ ਤੋਂ ਨਿਸ਼ਾਨ ਜੀ। ਚਿਹਰ ਕੱਲਾ ਕੱਲਾ ਰਹਾਂਗੇ ਮਾਰਦੇ, ਇੱਕੇ ਵਾਰੀ ਮਾਰੋ ਜ਼ੋਰ ਤਲਵਾਰ ਦੇ, ਇੱਕੇ ਵਾਰੀ ਮਾਰੋ ਜ਼ੋਰ ਤਲਵਾਰ ਦੇ। ਇਹਦੇ ਨਾਲੋਂ ਕੰਮ ਹੋਰ ਨਾ ਆਸਾਨ ਜੀ, ਸਿੰਘਾਂ ਦਾ ਮਟਾਈਏ ਜੱਗ ਤੋਂ ਨਿਸ਼ਾਨ ਜੀ, ਸਿੰਘਾਂ ਦਾ ਮਟਾਈਏ ਜੱਗ ਤੋਂ ਨਿਸ਼ਾਨ ਜੀ। ਇਕੱਠੇ ਕਰ ਸਿੰਘਾਂ ਦੇ ਸਥਰ ਲਾ ਦਿਓ, ਮੰਦਰ ਹਰੀ ਦਾ ਮਿੱਟੀ ਚ ਮਲਾ ਦਿਓ, ਮੰਦਰ ਹਰੀ ਦਾ ਮਿੱਟੀ ਚ ਮਲਾ ਦਿਓ। ਪੈਰਾਂ ਵਿੱਚ ਰੋਲੀਏ ਨਾ ਨਿਸ਼ਾਨ ਜੀ, ਸਿੰਘਾਂ ਦਾ ਮਟਾਈਏ ਜੱਗ ਤੋਂ ਨਿਸ਼ਾਨ ਜੀ, ਸਿੰਘਾਂ ਦਾ ਮਟਾਈਏ ਜੱਗ ਤੋਂ ਨਿਸ਼ਾਨ ਜੀ। ਲਾ ਦਿਓ ਜਰਨੈਲਾਂ ਨੂੰ ਸਨੇਹ ਘੱਲ ਕੇ, ਜਿੰਨੀ ਛੇਤੀ ਹੋਵੇ ਉੱਥੇ ਆਉਣ ਚੱਲ ਕੇ, ਜਿੰਨੀ ਛੇਤੀ ਹੋਵੇ ਉੱਥੇ ਆਉਣ ਚੱਲ ਕੇ। ਪਲਾਂ ਵਿੱਚ ਕਰੋ ਜਾਰੀ ਫਰਮਾਨ ਜੀ, ਸਿੰਘਾਂ ਦਾ ਮਟਾਈਏ ਜੱਗ ਤੋਂ ਨਿਸ਼ਾਨ ਜੀ, ਸਿੰਘਾਂ ਦਾ ਮਟਾਈਏ ਜੱਗ ਤੋਂ ਨਿਸ਼ਾਨ ਜੀ। ਕੀਮਤੀ ਹੈ ਗੱਲ ਨਾ ਮਾਮੂਲੀ ਜਾਣਿਓ, ਖਾਲਸਾ ਮਕਾ ਕੇ ਸਦਾ ਰਾਜ ਮਾਣਿਓ, ਖਾਲਸਾ ਮਕਾ ਕੇ ਸਦਾ ਰਾਜ ਮਾਣਿਓ। ਬੇੜੀਆਂ ਚ ਵੱਟੇ ਪਾ ਗਿਆ ਸ਼ੈਤਾਨ ਜੀ, ਸਿੰਘਾਂ ਦਾ ਮਟਾਈਏ ਜੱਗ ਤੋਂ ਨਿਸ਼ਾਨ ਜੀ, ਸਿੰਘਾਂ ਦਾ ਮਟਾਈਏ ਜੱਗ ਤੋਂ ਨਿਸ਼ਾਨ ਜੀ। ਵਿਦਵਾਨ ਨੇ ਲਿਖਿਆ ਕੱਚੇ ਕੋਠੇ ਨੂੰ ਜੇਕਰ ਲਿੰਬੀਏ ਨਾ ਤੇ ਉਹ ਢੈਂਦਿਆਂ ਢੈਂਦਿਆਂ ਢਹਿ ਜਾਂਦੇ, ਰੁੱਸੇ ਹੋਏ ਨੂੰ ਜੇਕਰ ਮਨਾਵੀਏ ਨਾ ਪਾੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ, ਚੁਗਲਖੋਰ ਨੂੰ ਚੁਗਲੀ ਦੀ ਹੁੰਦੀ ਆਦਤ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ, ਦਿਲਬਰ ਦੁੱਖ ਗੁਲਾਮੀ ਦੇ ਬੁਰੇ ਹੁੰਦੇ ਪਰ ਲੋਕ ਸਹਿੰਦਿਆਂ ਸਹਿੰਦਿਆਂ ਸਹਿ ਜਾਂਦੇ। ਚੁਗਲੀ ਲਾਤੀ ਅਤੇ ਬਾਦਸ਼ਾਹ ਅੱਗੇ ਕੰਨਾਂ ਦੇ ਕੱਚੇ ਹੁੰਦੇ ਹੈ, ਤਜਵੀਜ਼ ਪਾਸ ਹੋ ਗਈ ਵੀ ਖਾਲਸੇ ਨਾਲ ਧੋਖਾ ਕਰੀਏ ਅਤੇ ਮਾਰ ਦਈਏ ਰਾਜਨੀਤੀ ਵਿੱਚ ਲਿਆ ਕੇ। ਕੁਝ ਲਾਹੌਰੀਏ ਗੁਰੂ ਕੇ ਮਿਲਵਰਤਣੀਏ ਸਿੱਖ ਹਮਦਰਦ ਸਨ, ਬਾਬਾ ਸਾਹਿਬ ਜੀ ਕੋਲ ਆ ਗਏ, ਕਹਿਣ ਲੱਗੇ ਬਾਬਾ ਜੀ ਤੁਸੀਂ ਕੌਮ ਦੇ ਇਸ ਵਕਤ ਰਹਿਨਮਾ ਹੋ, ਕੌਮ ਤੁਹਾਡੀ ਤਲੀਮ 'ਤੇ ਚੱਲ ਰਹੀ ਹੈ, ਵਿਖੜੀਆਂ ਹਨੇਰੀਆਂ ਵਿੱਚ ਤੁਸੀਂ ਅਕਾਲ ਤਖਤ ਦੀ ਜਥੇਦਾਰੀ ਅਤੇ ਹਰਿਮੰਦਰ ਸਾਹਿਬ ਦੀ ਹੱਡ ਗ੍ਰੰਥੀ ਦੀ ਸੇਵਾ ਨਿਭਾ ਰਹੇ ਹੋ। ਜਦੋਂ ਤੁਸੀਂ ਮੰਜੀ ਸਾਹਿਬ ਕਥਾ ਕਰਦੇ ਹੋ, ਸਰੋਤਿਆਂ ਵਿੱਚ ਮੁਸਲਮਾਨ ਵੀ ਹੁੰਦੇ ਨੇ, ਨਿਰਮਲੇ ਵੀ ਹੁੰਦੇ ਨੇ, ਹਿੰਦੂ ਵੀ ਹੁੰਦੇ ਨੇ, ਤੁਹਾਡੀ ਕਥਾ ਕਰਨ ਦਾ ਢੰਗ ਇਹ ਹੈ, ਮੁਸਲਮਾਨ ਭਰਾ ਨੂੰ ਲੱਗਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਮੇਰੇ ਵਾਸਤੇ ਲਿਖੀ ਹੈ, ਹਿੰਦੂ ਨੂੰ ਇੰਝ ਲੱਗਦਾ ਜਿਵੇਂ ਇਹ ਬਾਣੀ ਮੈਨੂੰ ਸਮਝਾ ਰਹੀ ਹੈ। ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦੇਣੀ ਬਾਣੀ ਦੀ ਜਦ ਤੁਸੀਂ ਵਿਆਖਿਆ ਕਰਦੇ ਹੋ ਲੋਕਾਂ ਨੂੰ ਮੋਹ ਲੈਂਦੇ ਹੋ, ਪਰ ਜਿਹੜਾ ਕਰਮ ਤੁਸੀਂ ਕਰਨ ਲੱਗੇ ਹੋ ਇਹਦੇ ਵਿੱਚ ਕੌਮ ਦੀ ਬਰਬਾਦੀ ਛੁਪੀ ਹੋਈ ਹੈ। ਬਾਬਾ ਜੀ ਕਹਿਣ ਲੱਗੇ ਇਹ ਕਿਵੇਂ, ਕੌਮ ਤਾਂ ਇਕੱਤਰ ਹੋ ਰਹੀ ਹੈ। ਉਹਨਾਂ ਕਿਹਾ ਸਰਕਾਰ ਤੁਹਾਡੇ ਨਾਲ ਧੋਖਾ ਕਰ ਰਹੀ ਹੈ, ਤੁਸੀਂ ਧਰਮ ਦੇ ਤਖ਼ਤ 'ਤੇ ਬੈਠੇ ਹੋ, ਰਾਜਨੀਤੀ ਹਮੇਸ਼ਾ ਧਰਮ ਨਾਲ ਦਗਾ ਕਰਦੀ ਆਈ, ਕਈ ਵਾਰੀ ਤਾਂ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਰੋਲ ਕੇ ਰੱਖ ਦਿਆ ਕਰਦੀ ਹੈ। ਇਸ ਕਰਕੇ ਜੇ ਪੰਥ ਇਕੱਤਰ ਹੋਇਆ ਔਰ ਉਹਦਾ ਕੋਈ ਨੁਕਸਾਨ ਹੋਇਆ ਜ਼ਿੰਮੇਵਾਰੀ ਤੋਂ ਬਚ ਨਹੀਂ ਸਕੋਗੇ ਬਾਬਾ ਜੀ, ਇਸ ਕਰਕੇ ਤੁਹਾਨੂੰ ਕੋਈ ਤਜਵੀਜ਼ ਬਦਲਣੀ ਪਵੇਗੀ। ਬੜੀ ਨਿਰਾਸ਼ਾ ਹੋਈ, ਫਿਰ 12 ਚਿੱਠੀਆਂ ਲਿਖੀਆਂ ਵੀ ਖਾਲਸਾ ਪੰਥ ਦੇ ਉਹ ਸਰਦਾਰੋ ਅੰਮ੍ਰਿਤਸਰ ਨਾ ਆਇਓ, ਖਾਲਸਾ ਕਚੀਚੀਆਂ ਵੱਟ ਕੇ ਰਹਿ ਗਿਆ, ਸਿਰ ਵੀ ਜਾਵੇ ਦਰਸ਼ਨ ਕਰਕੇ ਮੁੜਾਂਗੇ। ਲੇਕਿਨ ਬਜ਼ੁਰਗਾਂ ਨੇ ਨੌਜਵਾਨਾਂ ਨੂੰ ਸਮਝਾਇਆ ਇਹ ਕੋਈ ਚਿੱਠੀ ਕਾਗਜ਼ ਦਾ ਟੁਕੜਾ ਨਹੀਂ, ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਲਿਖੀ ਹੋਈ ਹੈ, ਇਹ ਗੁਰੂ ਦਾ ਹੁਕਮ ਹੈ। ਅੱਜ ਤਾਂ ਅਫਸੋਸ ਨਾਲ ਕਹਿਣਾ ਪੈਂਦਾ ਮਾਣ ਸਤਿਕਾਰ ਵੀ ਜਾਂਦਾ ਰਿਹਾ ਧਾਰਮਿਕ ਹਸਤੀਆਂ ਦਾ, ਔਰ ਉਹ ਜੋ ਪੁਰਾਤਨ ਮਰਜ਼ਾਦਾ ਕਾਇਮ ਕੀਤੀ ਸੀ ਸਤਿਗੁਰਾਂ ਨੇ ਹੌਲੀ ਹੌਲੀ ਨਿਗਰਦੀ ਜਾ ਰਹੀ ਹੈ। ਕੌਮ ਦੰਦੀਆਂ ਪੀ ਕੇ ਰਹਿ ਗਈ ਔਰ ਅੰਮ੍ਰਿਤਸਰ ਨਾ ਆਈ, ਮੇਲਾ ਨਹੀਂ ਲੱਗਾ ਅਤੇ ਖਾਨ ਬਹਾਦਰ ਖਾਨ ਜ਼ਕਰੀਆ ਖਾਨ ਨੂੰ ਚੁਗਲਖੋਰਾਂ ਨੇ ਆਖਿਆ ਮਾਇਆ ਦੇ ਗਿਆ ਬਾਬਾ ਲੰਮੇ ਚੌੜੇ ਵਾਲਾ 10,000 ਰੁਪਈਆ। ਉਹ ਕਹਿੰਦੇ ਅਜੇ ਤੱਕ ਤਾਂ ਬੋੜਿਆ ਨਹੀਂ, ਕਹਿੰਦੇ ਫਿਰ ਉਹਨੂੰ ਪੁੱਛੋ ਮਾਇਆ ਕਿਉਂ ਨਹੀਂ ਦਿੱਤੀ, ਸੁਨੇਹਾ ਭੇਜਿਆ ਗਿਆ। ਬਾਬਾ ਜੀ ਨੇ 2 ਟੁੱਕ ਜਵਾਬ ਦਿੱਤਾ, ਸਰਕਾਰ ਮੁੱਕਰ ਗਈ ਹੈ, ਪੰਥ ਨੂੰ ਪਤਾ ਲੱਗ ਗਿਆ, ਉਹਨਾਂ ਆਪਣੇ ਭਵਿੱਖ ਦਾ ਬਚਾਅ ਕਰਦਿਆਂ ਇੱਥੇ ਚਰਨ ਨਹੀਂ ਪਾਏ। ਜਦ ਮੇਲਾ ਹੀ ਨਹੀਂ ਲੱਗਾ ਤਾਂ ਫਿਰ ਉਹ ਮਾਇਆ ਦੇਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਹੁਣ ਖਾਨ ਬਹਾਦਰ ਦੇ ਜਿਹੜੇ ਚੁਗਲਖੋਰ ਸਨ ਕਹਿੰਦੇ ਬਾਬਾ ਦੋ ਮੂਹੀਆਂ ਸੱਪ ਹੈ, ਇਤਿਹਾਸ ਵਿੱਚ ਕਹਿੰਦੇ ਉਹ ਤੁਹਾਡੇ ਨਾਲ ਵੀ ਮਿੱਤਰਤਾ ਪਾਲ ਰਿਹਾ, ਆਪਣੀ ਕੌਮ ਦਾ ਬਚਾਅ ਵੀ ਕਰ ਰਿਹਾ,
ਮੇਲੇ ਵਿੱਚ ਖਾੜਕੂ ਹੀ ਨਹੀਂ ਨਾ ਆਏ, ਖਾੜਕੂਆਂ ਕੀ ਚੜਾਵਾ ਚੜਾਉਣਾ ਸੀ, ਬੜੇ ਬੜੇ ਦਾਨੀ ਸਿੱਖ ਆਏ ਨੇ ਔਰ ਉਹ ਸਾਰੀ ਮਾਇਆ ਗੋਲਕ ਵਿੱਚ ਦੱਬ ਕੇ ਬਹਿ ਗਿਆ, ਸਰਕਾਰ ਨੂੰ ਦੇਣ ਤੋਂ ਆਨਾ ਕੰਨੀ ਕਰ ਰਿਹਾ। ਕਦੇ ਇੱਦਾਂ ਵੀ ਮਾਇਆ ਲਈ ਗਈ ਹੈ, ਵਰੰਟ ਕੱਢੋ। ਬਾਬਾ ਜੀ ਦੇ ਵਰੰਟ ਕੱਢ ਦਿੱਤੇ ਗਏ ਔਰ ਉਹਨਾਂ ਨੂੰ ਪਕੜਨ ਵਾਸਤੇ ਫੌਜ ਭੇਜੀ ਗਈ, ਬਾਬਾ ਜੀ ਅਤੇ ਸਮੇਤ 20-25 ਸਿੱਖ, ਜਿਨ੍ਹਾਂ ਵਿੱਚ ਉਹਨਾਂ ਦੇ ਆਪਣੇ ਦੋ ਪੁੱਤਰ ਵੀ ਨੇ, ਭਾਈ ਕੀਰਤੀ ਸਿੰਘ, ਭਾਈ ਕੌਰ ਸਿੰਘ ਆਦਿਕ ਸਿੱਖ, ਭਾਈ ਭੂਪਤ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਕੇਸਰ ਸਿੰਘ ਔਰ ਉਹਨਾਂ ਦੀ ਆਪਣੀ ਧਰਮ ਸੁਪਤਨੀ ਵੀ ਹੈ। ਵਿਸਥਾਰ ਨਾਲ ਕਹਿਣ ਵਾਸਤੇ ਸਮਾਂ ਨਹੀਂ ਹੈ, ਮੈਂ ਸੰਖੇਪ ਮਾਤਰ ਨਿਕਲਣਾ, ਨਹੀਂ ਤਾਂ ਇਹ ਪ੍ਰਸੰਗ 2.5-3 ਘੰਟੇ ਦਾ ਬਾਬਾ ਜੀ ਦੀ ਵਿਸਥਾਰ ਨਾਲ ਜੀਵਨੀ ਕਹੀ ਜਾ ਸਕਦੀ। ਖੈਰ, ਲਾਹੌਰ ਲਿਆਂਦਾ ਗਿਆ। ਬਾਬਾ ਜੀ ਦੀ ਉਮਰ ਉਸ ਵੇਲੇ 90 ਸਾਲ ਦੇ ਕਰੀਬ ਹੈ। ਉਹਨਾਂ ਦਾ ਜਨਮ ਅਲੀਪੁਰ ਮੁਲਤਾਨ ਦੇ ਨੇੜੇ ਦਾ ਹੈ। ਉਹਨਾਂ ਦੇ ਪਿਤਾ ਨੇ ਭਾਈ ਮਾਈ ਦਾਸ, ਉਹਨਾਂ ਦੇ ਦਾਦੇ ਨੇ ਭਾਈ ਬੱਲੂ ਰਾਏ ਜੀ ਔਰ ਉਹ 12 ਭਰਾ ਨੇ। 12 'ਚੋਂ ਇੱਕ ਨਹੀਂ ਸ਼ਹੀਦ ਹੋਇਆ, 11 ਸ਼ਹੀਦ ਹੋਏ ਨੇ। ਉਹਨਾਂ ਦੇ 10 ਪੁੱਤਰ ਨੇ, 10 ਹੀ ਕੌਮ ਦੀ ਖਾਤਰ ਸ਼ਹੀਦ ਹੋਏ ਨੇ। 57 ਤੋਂ ਵੱਧ ਸ਼ਹੀਦੀਆਂ ਬਾਬਾ ਮਨੀ ਸਿੰਘ ਦੇ ਪਰਿਵਾਰ ਵਿੱਚੋਂ ਹੋਈਆਂ ਨੇ, ਸਿੱਖ ਕੌਮ ਦੇ ਝੰਡੇ ਬੁਲੰਦ ਕਰਨ ਵਾਸਤੇ। ਫਿਰ ਵੇਖਿਆ ਜਾਵੇਗਾ ਕਿ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਜਿਹੜੀ ਉਪਾਧੀ ਹੈ ਉਹ ਕਿੰਨੀ ਕਠਿਨ ਹੈ ਔਰ ਕਿੰਨੀ ਕੁਰਬਾਨੀ ਵਾਲੀ ਹੈ। ਲੰਮਾ ਚੋਲਾ ਗੋਡਿਆਂ ਤੱਕ ਪਾਇਆ ਹੋਇਆ, ਲੰਮਾ ਕਛਹਿਰਾ, ਚਿੱਟਾ ਦਸਤਾਰਾ, ਚਿੱਟਾ ਦਾੜਾ, ਨੂਰਾਨੀ ਚਿਹਰਾ, ਅੱਖਾਂ ਵਿੱਚ ਨੂਰਾਨੀ ਜੋਤਨਾ ਔਰ ਨੈਣਾਂ ਵਿੱਚ ਹਰਕਤ, ਕਦਮਾਂ ਵਿੱਚ ਬਰਕਤ, ਟਹਿਲਦੇ ਸਤਿਗੁਰਾਂ ਦੇ ਭਰੋਸਾ ਰੱਖ ਕੇ ਖਾਨ ਬਹਾਦਰ ਖਾਨ ਜ਼ਕਰੀਆ ਖਾਨ ਦੇ ਸਾਹਮਣੇ ਚਲੇ ਗਏ। ਬਾਬਾ ਜੀ ਦੇ ਦਰਸ਼ਨ ਕਰਦਿਆਂ ਹੀ ਕਚਹਿਰੀ ਨਿਉਂ ਕੇ ਸਲਾਮ ਕਰਨ ਲੱਗੇ ਔਰ ਬਾਬਾ ਜੀ ਨੇ ਚੜ੍ਹਦੀ ਕਲਾ ਨਾਲ ਆਖਿਆ, ਖਾਨ ਬਹਾਦਰ ਖਾਨ ਜ਼ਕਰੀਆ ਖਾਨ, ਸਾਡੇ ਗੁਰੂ ਦਾ ਹੁਕਮ ਹੈ, ਸਭ ਤੋਂ ਪਹਿਲਾਂ ਸਿੱਖ ਜਿੱਥੇ ਜਾਵੇ ਫਤਿਹ ਬੁਲਾਵੇ, ਅੱਜ ਤੇਰੀ ਕਚਹਿਰੀ ਵਿੱਚ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਕੌਮ ਦਾ ਇਹ ਨਿਮਾਣਾ ਜਿਹਾ ਸੇਵਾਦਾਰ ਫਤਿਹ ਗੁਜ਼ਾਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗ ਲੱਗ ਉੱਠੀ, ਬਾਬਾ ਤੂੰ ਮਤੌਰੇ ਮੁਜਰਮ ਆਇਆ, ਜਥੇਦਾਰ ਨਹੀਂ, ਤੇਰੇ ਕੋਲੋਂ ਅਸਾਂ ਪੈਸੇ ਲੈਣੇ ਨੇ, ਤੂੰ ਮੁੱਕਰ ਗਿਆ। ਬਾਬਾ ਜੀ ਕਹਿਣ ਲੱਗੇ, ਦਰਅਸਲ ਕਹਾਣੀ ਇਹ ਹੈ, ਤਗੜਾ ਬੰਦਾ ਆਪਣੀ ਗਲਤੀ ਸਵੀਕਾਰ ਨਹੀਂ ਕਰਦਾ, ਹਮੇਸ਼ਾ ਕਮਜ਼ੋਰ ਵਿੱਚ ਗੁਣ ਕੱਢਦਾ। ਗਲਤੀ ਤੁਹਾਡੀ ਹੈ, ਮੁੱਕਰੀ ਸਰਕਾਰ ਹੈ, ਪਰ ਤੁਸੀਂ ਮੰਨਣ ਨੂੰ ਤਿਆਰ ਨਹੀਂ। ਖਾਨ ਬਹਾਦਰ ਖਾਨ ਜ਼ਕਰੀਆ ਖਾਨ ਕਹਿਰ ਵਿੱਚ ਆ ਗਿਆ। ਕਹਿੰਦਾ, ਬਾਬਾ ਮੈਂ ਤੇਰੀ ਵਿਆਖਿਆ ਸੁਣਨ ਵਾਸਤੇ ਨਹੀਂ ਤੈਨੂੰ ਸੱਦਿਆ, ਦੋ ਹੀ ਚੀਜ਼ਾਂ ਨੇ, ਜਾਂ ਤਾਂ 10,000 ਰੁਪਈਆ ਖਜ਼ਾਨੇ ਵਿੱਚ ਜਮ੍ਹਾਂ ਕਰ ਦੇ, ਜਾਂ ਇਸਲਾਮ ਪ੍ਰਵਾਨ ਕਰਕੇ ਮੁਸਲਮਾਨ ਬਣ ਜਾ, ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾ। ਕੌਮ ਦੇ ਮਹਾਨ ਸਤਿਕਾਰਯੋਗ ਬਾਬਾ ਮਨੀ ਸਿੰਘ ਜੀ ਦੇ ਜੀਵਨ ਦੀ ਜਿਵੇਂ ਹੁਣ ਪਰਖ ਹੋਣ ਲੱਗੀ ਹੈ, ਜਿਵੇਂ ਪਰਚਾ ਪੈਣ ਲੱਗਾ, ਗੁੱਸੇ ਵਿੱਚ ਆਇਆ ਖਾਨ ਬਹਾਦਰ, ਜਿਵੇਂ ਦਬਕਾ ਰਿਹਾ, ਇਉਂ ਬੇਨਤੀ ਕੀਤੀ ਜਾ ਰਹੀ। ਰੰਗ ਨੇਤਰਾਂ ਦਾ ਲਾਲ ਮੱਥੇ ਚੂੜੀਆਂ, ਆਖ ਖਾਨ ਉਹ ਗੁੱਸੇ ਵਿੱਚ ਆਇਆ, ਨੇਤਰਾਂ ਦਾ ਲਾਲ ਮੱਥੇ ਚੂੜੀਆਂ, ਆਖ ਖਾਨ ਉਹ ਗੁੱਸੇ ਵਿੱਚ ਆਇਆ, ਉਹ ਵਾਦਾ ਕਰਕੇ ਅਸਾਂ ਦੇ ਨਾਲ ਕਾਫਰਾ, ਦਸ ਮਾਮਲਾ ਕਿਉਂ ਨੀ ਭਗਤਾਇਆ, ਵਾਦਾ ਕਰਕੇ ਅਸਾਂ ਦੇ ਨਾਲ ਕਾਫਰਾ, ਦਸ ਮਾਮਲਾ ਕਿਉਂ ਨੀ ਭਗਤਾਇਆ, ਸਾਡੇ ਰਾਜ ਦੀ ਵਫਾਦਾਰੀ ਤੇ ਕਲੰਕ ਮਾੜਾ ਲਾਇਆ, ਰਾਜ ਕੇ ਤਹੀਨ ਸਾਡੇ ਰਾਜ ਦੀ ਵਫਾਦਾਰੀ ਤੇ ਕਲੰਕ ਮਾੜਾ ਲਾਇਆ, ਉਹ ਸਾਡੇ ਰੋਬ ਨੂੰ ਮਾਮੂਲੀ ਗੱਲ ਜਾਣ ਕੇ ਖੌਫ ਉੱਕਾ ਸਾਡਾ ਦਿਲ ਚੋਂ ਭਲਾਇਆ, ਸਾਡੇ ਰੋਬ ਨੂੰ ਮਾਮੂਲੀ ਗੱਲ ਜਾਣ ਕੇ ਖੌਫ ਉੱਕਾ ਸਾਡਾ ਦਿਲ ਚੋਂ ਭਲਾਇਆ, ਅਸਾਂ ਨੇ ਤੇਰੇ ਤੇ ਉਤਬਾਰ ਜੋ ਮੁੱਲ ਕੌਡੀ ਵੀ ਨਾ ਉਸਦਾ ਤੂੰ ਪਾਇਆ, ਅਸਾਂ ਨੇ ਤੇਰੇ ਤੇ ਉਤਬਾਰ ਜੋ ਮੁੱਲ ਕੌਡੀ ਵੀ ਨਾ ਉਸਦਾ ਤੂੰ ਪਾਇਆ, ਉਹ ਮੰਗੀ ਮੌਤ ਸਾਡੇ ਕੋਲੋਂ ਦਸਾਂ ਦਿਨਾਂ ਦੀ ਦਿੱਤੀ ਖੋਲੇ ਅਸਾਂ ਵਾਦੇ ਨੂੰ ਨਿਭਾਇਆ, ਮੰਗੀ ਮੌਤ ਸਾਡੇ ਕੋਲੋਂ ਦਸਾਂ ਦਿਨਾਂ ਦੀ ਦਿੱਤੀ ਖੋਲੇ ਅਸਾਂ ਵਾਦੇ ਨੂੰ ਨਿਭਾਇਆ, ਸਾਡੀਆਂ ਨੇ ਪੈਰੇ ਸਭ ਚੁੱਕ ਤੇ ਕਿਸੇ ਸਿੱਖ ਨੂੰ ਨਾ ਜਾਣੋ ਅਟਕਾਇਆ, ਸਾਡੀਆਂ ਨੇ ਪੈਰੇ ਸਭ ਚੁੱਕ ਤੇ ਕਿਸੇ ਸਿੱਖ ਨੂੰ ਨਾ ਜਾਣੋ ਅਟਕਾਇਆ, ਉਹ ਕੱਲਾ ਬਹਿ ਗਿਓ ਖਜ਼ਾਨੇ ਵਿੱਚ ਦੱਬ ਕੇ, ਬਈ ਕੱਲਾ ਬਹਿ ਗਿਓ ਖਜ਼ਾਨੇ ਵਿੱਚ ਦੱਬ ਕੇ, ਜਿਹੜੀ ਚੜੀ ਹੈ ਚੜਾਵੇ ਵਾਲੀ ਮਾਇਆ, ਕੱਲਾ ਬਹਿ ਗਿਓ ਖਜ਼ਾਨੇ ਵਿੱਚ ਦੱਬ ਕੇ, ਜਿਹੜੀ ਚੜੀ ਹੈ ਚੜਾਵੇ ਵਾਲੀ ਮਾਇਆ, ਇਹਦਾ ਹੁਕਮ ਹੈ ਅਦੁੱਲੀਆ ਕੀ ਹੋ ਗਿਆ, ਧੋਖਾ ਹਾਕਮਾਂ ਦੇ ਨਾਲ ਹੈ ਕਮਾਇਆ, ਹੁਕਮ ਹੈ ਅਦੁੱਲੀਆ ਕੀ
ਧੋਖਾ ਹਾਕਮਾਂ ਦੇ ਨਾਲ ਹੈ ਕਮਾਇਆ ਉਹ ਬਲੀ ਚੌਨਾ ਜੇ ਸਾਨੂੰ ਠੇਕਾ ਤਾਰ ਦੇ ਨਹੀਂ ਤਾਂ ਸੂਲੀ ਉੱਤੇ ਜਾਵੇਂਗਾ ਚੜਾਇਆ ਭਲੀ ਚੌਨਾ ਜੇ ਸਾਨੂੰ ਠੇਕਾ ਤਾਰ ਦੇ ਨਹੀਂ ਤਾਂ ਸੂਲੀ ਉੱਤੇ ਜਾਵੇਂਗਾ ਚੜਾਇਆ ਸੋਚਾਂ ਛੱਡ ਕੇ ਬਚਾ ਲੈ ਜਾਣੇ ਆਪਣੀ ਕੰਮ ਆਮਦਾਨੀ ਪਿੱਛੋਂ ਪੁਛਤਾਇਆ ਛੱਡ ਕੇ ਬਚਾ ਲੈ ਜਾਣੇ ਆਪਣੀ ਕੰਮ ਆਮਦਾਨਾ ਪਿੱਛੋਂ ਪੁਛਤਾਇਆ ਉਹ ਲੱਗੀ ਹੋਣ ਹੈ ਪਰਖ ਭਾਗੋ ਵਾਲੀਆ ਬਈ ਲੱਗੀ ਹੋਣ ਹੈ ਪਰਖ ਭਾਗੋ ਵਾਲੀਆ ਸੱਚ ਜਾਲ ਮਾਂ ਤੋਂ ਜਾਣਾ ਨਹੀਂ ਚੁਕਾਇਆ ਲੱਗੀ ਹੋਣ ਹੈ ਪਰਖ ਭਾਗੋ ਵਾਲੀਆ ਸੱਚ ਜਾਲ ਮਾਂ ਤੋਂ ਜਾਣਾ ਨਹੀਂ ਚੁਕਾਇਆ ਅਸਲ ਵਿੱਚ ਇਹ ਟੱਕਰ ਜਬਰ ਜ਼ੁਲਮ ਔਰ ਸਬਰ ਸਿਦਕ ਦੀ ਸੀ ਜਬਰ ਅਤੇ ਜ਼ੁਲਮ ਦਾ ਪ੍ਰਤੀਕ ਸੀ ਜ਼ਕਰੀਆ ਖਾਨ ਅਤੇ ਸਬਰ ਦੇ ਪ੍ਰਤੀਕ ਸਨ ਬਾਬਾ ਮਨੀ ਸਿੰਘ ਜਬਰ ਇੰਤਹਾ ਕਰਨੀ ਚਾਹੁੰਦਾ ਸੀ ਜ਼ੁਲਮ ਦੀ ਅਤੇ ਸਬਰ ਭਾਣਾ ਮੰਨ ਕੇ ਦੱਸਣਾ ਚਾਹੁੰਦਾ ਸੀ ਕਿ ਜਬਰ ਦੀਆਂ ਹਨੇਰੀਆਂ ਮੁਹੱਬਤ ਅਤੇ ਸਬਰ ਨੂੰ ਡਰਾ ਔਰ ਧਮਕਾ ਨਹੀਂ ਸਕਦੀਆਂ ਬਾਬਾ ਜੀ ਕਹਿੰਦੇ ਜੇ ਮੇਰੇ ਤੋਂ ਪਹਿਲਾਂ ਕੋਈ ਸਿੱਖ ਜਿਹੜਾ ਤੁਸੀਂ ਲਾਹੌਰ ਪਕੜ ਕੇ ਲਿਆਂਦਾ ਹੈ ਉਹਨੂੰ ਦੀਨ ਵਿੱਚ ਆਉਣ ਵਾਸਤੇ ਮਨਾ ਲਿਆ ਅਤੇ ਉਹਦਾ ਨਾਂ ਦੱਸ ਦਿਓ ਅਤੇ ਜੇ ਕੋਈ ਸਧਾਰਨ ਸਿੱਖ ਪਿੰਡਾਂ 'ਚੋਂ ਫੜਿਆ ਹੋਇਆ ਸਿੱਖੀ ਛੱਡ ਕੇ ਮੁਸਲਮਾਨ ਬਣਨਾ ਪ੍ਰਵਾਨ ਨਹੀਂ ਕਰਦਾ ਤਾਂ ਮੈਂ ਤਾਂ ਹਰਿਮੰਦਰ ਸਾਹਿਬ ਜੀ ਦਾ ਨਿਮਾਣਾ ਜਿਹਾ ਸੇਵਾਦਾਰ ਹਾਂ ਮੇਰੇ ਤੋਂ ਕੀ ਆਸ ਰੱਖਦੇ ਹੋ ਕਹਿੰਦੇ ਮੌਕਾ ਦਿੱਤਾ ਗਿਆ ਬਾਬਾ ਜੀ ਤੈਨੂੰ ਬਖਸ਼ ਦਿਆਂਗੇ ਜੇ ਤੂੰ ਆਪਣੀ ਕੌਮ ਦੇ ਚੋਟੀ ਦੇ ਲੀਡਰਾਂ ਨੂੰ ਸਾਡੇ ਹਵਾਲੇ ਕਰ ਦੇ ਉਹਨੇ ਆਖਿਆ ਉਹ ਆਜ਼ਾਦੀ ਦੇ ਆਸ਼ਕ ਨੇ ਬੰਦ ਤਾਂ ਕਟਵਾਇਆ ਜਾ ਸਕਦਾ ਸਰੀਰ ਦੇ ਟੋਟੇ ਤਾਂ ਕਰਵਾਏ ਜਾ ਸਕਦੇ ਨੇ ਲੇਕਿਨ ਕੌਮ ਦੇ ਜੁਬਾਂਜ ਲੀਡਰਾਂ ਨਾਲ ਗਦਾਰੀ ਨਹੀਂ ਕੀਤੀ ਜਾ ਸਕਦੀ ਬੇਸ਼ੱਕ ਮੈਨੂੰ ਬੰਦ ਵੀ ਕਿਉਂ ਨਾ ਕਟਵਾਉਣਾ ਪਏ ਉਸ ਵਕਤ ਕੋਲ ਬੈਠੇ ਮੌਲਵੀ ਨੇ ਆਖਿਆ ਬਾਬਾ ਇਹ ਕਹਿਣਾ ਬੜਾ ਸੌਖਾ ਹੈ ਪਰ ਕਟਵਾਉਣਾ ਬੜਾ ਔਖਾ ਹੈ ਮੌਤ ਜਿੰਨੀ ਦੂਰੋਂ ਪਿਆਰੀ ਲੱਗਦੀ ਹੈ ਨੇੜੇ ਆਉਣ 'ਤੇ ਭਿਆਨਕ ਹੋ ਜਾਇਆ ਕਰਦੇ ਹੈ ਅਤੇ ਸਤਿਕਾਰਯੋਗ ਬਾਬਾ ਮਨੀ ਸਿੰਘ ਕਹਿੰਦੇ ਗੱਲ ਤੇਰੀ ਵੀ ਠੀਕ ਹੈ ਪਰ ਜਿਹੜਾ ਸਾਡੇ ਅੰਦਰ ਖੂਨ ਗਰਦਿਸ਼ ਕਰ ਰਿਹਾ ਉਹਦਾ ਵੀ ਇੱਕ ਇਤਿਹਾਸ ਹੈ ਕਦੇ ਸ਼ਹੀਦਾਂ ਨੇ ਜ਼ੁਲਮ ਦੇ ਸਾਹਮਣੇ ਨੀਵੀਆਂ ਪਾਉਣੀਆਂ ਨਹੀਂ ਸਿੱਖੀਆਂ ਸੁਕਰਾਤ ਜੁਨਾਨ ਤੋਂ ਪੈਦਾ ਹੋਇਆ ਉਦੋਂ ਬਾਅਦ ਜਿਤਨੇ ਵੀ ਸ਼ਹੀਦ ਹੋਏ ਨੇ ਉਹ ਮੌਤ ਨਾਲ ਟਕਰਾ ਤਾਂ ਗਏ ਲੇਕਿਨ ਮੌਤ ਨੂੰ ਵੇਖ ਕੇ ਕੋਈ ਬੰਦਾ ਆਪਣੇ ਇਸ਼ਕ ਤੋਂ ਥੜਕਦਾ ਨਹੀਂ ਵੇਖਿਆ ਸ਼ੀਤਲ ਜੀ ਦੀ ਕਲਮ ਨੇ ਬਾਬਾ ਜੀ ਦੇ ਜਜ਼ਬਾਤਾਂ ਨੂੰ ਤਰਜਮਾਨੀ ਦਿੱਤੀ ਹੈ ਔਰ ਉਹਨਾਂ ਦੀ ਕਲਮ ਤੋਂ ਲਿਖੀਆਂ ਹੋਈਆਂ 4 ਲਾਈਨਾਂ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਵਕਤ ਦੀ ਕਚਹਿਰੀ ਨੂੰ ਜਿਵੇਂ ਕੰਬਣੀ ਛੇੜ ਦਿੱਤੀ ਇਉਂ ਬੇਨਤੀ ਕੀਤੀ ਜਾ ਰਹੀ ਇਹ ਗੱਲ ਸੁਣ ਕੇ ਮਨੀ ਸਿੰਘ ਉਹ ਬਚਨ ਉਚਾਰੇ ਇਹ ਗੱਲ ਸੁਣ ਕੇ ਮਨੀ ਸਿੰਘ ਉਹ ਬਚਨ ਉਚਾਰੇ ਉਹ ਸੱਚ ਕਹਿਣਾ ਨਹੀਂ ਝਿਜਕ ਦੇ ਸਤਿਗੁਰ ਦੇ ਪਿਆਰੇ ਸੱਚ ਕਹਿਣਾ ਨਹੀਂ ਝਿਜਕ ਦੇ ਸਤਿਗੁਰ ਦੇ ਪਿਆਰੇ ਸੂਲੀ ਤੇ ਮਨ ਸੂਰ ਨੇ ਹੱਸ ਲਏ ਹੁਲਾਰੇ ਸੂਲੀ ਤੇ ਮਨ ਸੂਰ ਨੇ ਹੱਸ ਲਏ ਹੁਲਾਰੇ ਓ ਸਰਮਦ ਸਿਰ ਕੱਟ ਵਾਗਿਆ ਓ ਬਲਦਾਰੇ ਤਾ ਪੌਣ ਪੈ ਸਿਰ ਤੇ ਪੱਠਿਆ ਮਤੀ ਦਾਸ ਗਿਆ ਚੀਰਿਆ ਨਾਲ ਤਿੱਖੇ ਯਾਰੇ ਓ ਦੇਖਦੇ ਅੱਲਾ ਉਬਲਿਆ ਨਾ ਸੀ ਉਚਾਰੇ ਦੇਖਦੇ ਅੱਲਾ ਉਬਲਿਆ ਨਾ ਸੀ ਉਚਾਰੇ ਹਾਂ ਅੰਦਾਰਾ ਚਿਣੇਗੇ ਦੁਸ਼ਮੇ ਸ਼ੁਦਲਾਰੇ ਨੀਹਾਂ ਅੰਦਰ ਚਿਣੇਗੇ ਦੁਸ਼ਮੇ ਸ਼ੁਦਲਾਰੇ
ਪੰਥ ਚੋ ਪੰਥ ਚੋ ਜੋ ਹੱਸ ਸਿਰ ਵਾਰ ਮੈਂ ਵੀ ਉਸੇ ਪੰਥ ਚੋ ਜੋ ਹੱਸ ਸਿਰ ਵਾਰ ਮੌਤ ਕਬੂਲੇ ਸੀਤਲਾ ਸਿੱਖ ਸਿਦਕ ਨਹਾਰੇ ਮੌਤ ਕਬੂਲੇ ਸੀਤਲਾ ਸਿੱਖ ਸਿਦਕ ਨਹਾਰੇ ਐ ਸਤਮਗਰ ਆ ਦੋਨੋਂ ਅਜਮਾਏ ਹੁਨਰ ਆਪਣਾ ਮੈਂ ਜਿਗਰ ਅਜਮਾਊਂਗਾ ਤੂੰ ਅਜਮਾ ਖੰਜਰ ਆਪਣਾ ਜਬ ਸੇ ਪਤਾ ਚਲਾ ਹੈ ਕਿ ਜ਼ਿੰਦਗੀ ਮਰਨੇ ਪੇ ਹੈ ਸਰ ਪਰ ਕਫਨ ਬੰਦ ਕਰ ਹਮ ਕਾਤਲ ਕੋ ਢੂੰਡਤੇ ਹੈ ਇੱਕ ਫੂਲ ਅਗਰ ਚਾਹੇ ਤੋ ਗੁਲਸਤਾਂ ਬਣਦਾ ਹੈ ਇੱਕ ਬੂੰਦ ਅਗਰ ਚਾਹੇ ਤੋ ਤੂਫਾਨ ਬਣਦਾ ਹੈ ਹੈ ਸ਼ਹੀਦ ਕੇ ਖੂਨ ਕੇ ਏਕ ਕਤਰੇ ਮੇਂ ਵੋ ਤਸੀਰ ਕਿਸੀ ਕੌਮ ਕੀ ਤਰੀਕ ਕਾ ਉਨਵਾਹ ਬਣਦਾ ਹੈ ਲਹੂ ਡੁੱਲਦਾ ਹੈ ਧਰਤੀ ਨੂੰ ਕੋਈ ਫਰਕ ਨਹੀਂ ਪੈਂਦਾ ਜਿੱਥੇ ਸ਼ਹੀਦਾਂ ਦੇ ਕਤਰੇ ਡੁੱਲਦੇ ਨੇ ਉੱਥੋਂ ਇਤਿਹਾਸ ਦੇ ਵਰਕੇ ਜਨਮ ਲੈਂਦੇ ਨੇ ਉਹਨਾਂ ਇਤਿਹਾਸ ਦੇ ਪੱਤਰਿਆਂ ਨੂੰ ਪੜ੍ਹ ਪੜ੍ਹ ਕੇ ਕੌਮਾਂ ਆਪਣੀ ਮੰਜ਼ਿਲ ਭਾਲਦੀਆਂ ਨੇ ਗਿਆਨੀ ਕੁਲਵੰਤ ਸਿੰਘ ਬੀਏ ਸਾਹਿਬ ਕਹਿੰਦੇ ਹੁੰਦੇ ਸੀ ਇਤਿਹਾਸ ਕੋਈ ਘਟਨਾਵਾਂ ਦਾ ਵੇਰਵਾ ਨਹੀਂ ਇਤਿਹਾਸ ਕੋਈ ਕੰਨ ਚਸਕਾ ਨਹੀਂ ਇਤਿਹਾਸ ਕੋਈ ਤਰੀਕਾਂ ਦਾ ਮਥਾਜ ਨਹੀਂ ਇਤਿਹਾਸ ਦਾ ਸੰਬੰਧ ਜਜ਼ਬਿਆਂ ਨਾਲ ਹੈ ਅਤੇ ਇਤਿਹਾਸ ਸਮੁੰਦਰ ਵਿੱਚ ਅੱਗ ਲਾਉਣ ਦੀ ਹਿੰਮਤ ਰੱਖਦਾ ਹੈ ਇਤਿਹਾਸ ਡਾਇਰੈਕਸ਼ਨ ਦਿੰਦਾ ਜਦੋਂ ਕੌਮਾਂ ਥਿੜਕਦੀਆਂ ਨੇ ਨਿਗਰਦੀਆਂ ਨੇ ਇਤਿਹਾਸ ਬਾਂਹ ਫੜ ਕੇ ਕਹਿੰਦਾ ਸਰਦਾਰ ਜੀ ਕਿੱਧਰ ਨੂੰ ਜਾ ਰਹੇ ਹੋ ਤੁਹਾਡੇ ਵੱਡ ਵਡੇਰੇ ਅਤੇ ਏਡੀਆਂ ਵੱਡੀਆਂ ਕੁਰਬਾਨੀਆਂ ਕਰਦੇ ਰਹੇ ਨੇ ਇਸ ਕਰਕੇ ਇਤਿਹਾਸ ਨਾਲੋਂ ਬਹੁਮੁੱਲੀ ਚੀਜ਼ ਹੋਰ ਕੋਈ ਨਹੀਂ ਹੋਇਆ ਕਰਦੇ ਹੁਕਮ ਹੋਇਆ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿਓ ਅਨੋਖਾ ਫਤਵਾ ਜਿਉਂਦੇ ਮਨੁੱਖ ਨੂੰ ਮਾਰਨਾ ਮਾਰਨ ਦਾ ਤਰੀਕਾ ਇੰਨਾ ਭਿਆਨਕ ਹੈ ਆਉਣ ਵਾਲੇ ਸਮੇਂ ਵਿੱਚ ਕੋਈ ਬੰਦਾ ਸਿਰ ਉੱਚਾ ਕਰਕੇ ਗੱਲ ਕਰਨ ਦੀ ਹਿੰਮਤ ਨਾ ਰੱਖੇ ਮੌਲਵੀ ਉਹ ਕਹਿੰਦੇ ਸੀ ਜੋ ਪੋਲੀਟੀਕਲ ਚਾਹੁੰਦੇ ਸੀ ਅੱਜ ਵੀ ਇਸ ਤਰ੍ਹਾਂ ਹੁੰਦਾ ਹੈ ਕਈ ਵਾਰੀ ਧਾਰਮਿਕ ਲੋਕ ਉਹ ਕੁਝ ਹੀ ਕਰਦੇ ਹੈ ਜੋ ਰਾਜਨੀਤੀ ਚਾਹੁੰਦੇ ਹੈ ਉਹਨਾਂ ਨੇ ਉਹਨਾਂ ਦੇ ਇਸ਼ਾਰਿਆਂ ਮੁਤਾਬਕ ਫਤਵਾ ਲਾਇਆ ਔਰ ਅੰਗ ਅੰਗ ਕੱਟ ਕੇ ਜੋੜ ਜੋੜ ਤੋਂ ਬਾਬਾ ਜੀ ਦੇ ਸਰੀਰ ਨੂੰ ਇਹਨਾਂ ਨੂੰ ਮਾਰ ਦਿੱਤਾ ਜਾਏ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਇੱਕ ਇੱਕ ਸਾਥੀ ਉਹਨਾਂ ਦਾ ਸਾਹਮਣੇ ਸ਼ਹੀਦ ਕੀਤਾ ਕਿਸੇ ਦੀਆਂ ਅੱਖਾਂ ਕੱਢੀਆਂ ਕਿਸੇ ਦੀ ਖੱਲ ਲਾਈ ਕਿਸੇ ਨੂੰ ਜਿਉਂਦਿਆਂ ਦੱਬ ਕੇ ਕਿਸੇ ਨੂੰ ਚਰਖੜੀ 'ਤੇ ਚੜ੍ਹਾ ਕੇ ਬਾਬਾ ਜੀ ਡੋਲ ਜਾਣਗੇ ਲੇਕਿਨ ਬਾਣੀ ਸ਼ਬਦ ਇੰਨਾ ਕਮਾਇਆ ਹੋਇਆ ਇੰਨੀ ਅਡੋਲ ਅਵਸਥਾ ਜਿਹਨੂੰ ਆਪਾਂ ਬ੍ਰਹਮ ਅਵਸਥਾ ਕਹਿੰਦੇ ਹਾਂ ਪ੍ਰਕਾਸ਼ ਮੰਡਲ ਕਹਿੰਦੇ ਹਾਂ ਜਿੱਥੇ ਜਾ ਕੇ ਮੌਤ ਦੀ ਸਰਜਮੀਤ ਤੋਂ ਰੂਹ ਉੱਪਰ ਉੱਠਦੀ ਹੈ ਔਰ ਪਰਮੇਸ਼ੁਰ ਦੇ ਰੂਬਰੂ ਹੋ ਕੇ ਮੌਤ ਦੇ ਖਤਰਿਆਂ ਤੋਂ ਲਾਂਭੇ ਹੋ ਕੇ ਆਜ਼ਾਦ ਜੀਵਨ ਜਿਉਂਦੇ ਹੈ ਵਾਰੀ ਆਈ ਬਾਬਾ ਜੀ ਦੀ ਕਿ ਆਪ ਜੀ ਨੂੰ ਅੱਜ ਸ਼ਹੀਦ ਕਰਨਾ ਲਾਹੌਰ ਦਾ ਨਖਾਸ ਚੌਂਕ ਚੁਣਿਆ ਗਿਆ ਔਰ ਐਲਾਨਣ ਹੁਕਮ ਦੇ ਕੇ ਬਾਜ਼ਾਰ ਬੰਦ ਕਰਵਾਏ ਗਏ ਬਾਣੀਏ ਰੋਕੇ ਗਏ ਇਹ ਵੇਖਣ ਵਾਸਤੇ ਇਹ ਦੱਸਣ ਵਾਸਤੇ ਕਿ ਅੱਜ ਬਾਬਾ ਮਨੀ ਸਿੰਘ ਜੀ ਨੂੰ ਸ਼ਹੀਦ ਕਰਨਾ ਜਲਾਦ ਨੇ ਉਹਦਾ ਅੰਗ ਅੰਗ ਕੱਟਣਾ ਵੇਖੀਏ ਬਾਬਾ ਜੀ ਇਹਦੇ ਬਾਰੇ ਕੀ ਪ੍ਰਤੀਕਰਮ ਦਿੰਦੇ ਨੇ ਉਹਨਾਂ ਦੀ ਉਸ ਵੇਲੇ ਅਵਸਥਾ ਕੀ ਹੋਏਗੀ ਸਾਰਾ ਪ੍ਰਬੰਧ ਹੋ ਗਿਆ ਲੋਕ ਵੇਖਣ ਵਾਸਤੇ ਆ ਗਏ ਮੁਫਤੀ ਮੌਲਵੀ ਉਹਨਾਂ ਇੱਕ ਵਾਰੀ ਫਿਰ ਫਤਵਾ ਪੜ੍ਹਿਆ ਬਾਬਾ ਜੀ ਨੇ ਫਿਰ ਆਪਣੇ ਅਕੀਦੇ 'ਤੇ ਖੜ੍ਹੇ ਰਹਿਣ ਦਾ ਪ੍ਰਣ ਦੁਹਰਾਇਆ ਫਿਰ ਵਾਰੀ ਸੀ ਜਲਾਦ ਦੀ ਕਿ ਉਹ ਮੌਲਵੀਆਂ ਦੇ ਫਤਵੇ ਦੀ ਤਮੀਲ ਕਰੇ ਉਸ ਹੁਕਮ ਨੂੰ ਭੁਗਤਾਏ ਔਰ ਬਾਬਾ ਜੀ ਅਡੋਲ ਸਮਾਧੀ ਲਾ ਕੇ ਬਹਿ ਗਏ ਅੱਜ ਉਹਨਾਂ ਦੇ ਚਿਹਰੇ ਦਾ ਰੰਗ ਕੁਝ ਅਨੋਖਾ ਸੀ ਬਿਲਕੁਲ ਉਸ ਤਰ੍ਹਾਂ ਦਾ ਜਿਵੇਂ ਪੂਰਬ ਦੀ ਹਿੱਕ ਪਾੜ ਕੇ ਚੜ੍ਹਦਾ ਸੂਰਜ ਨਿਕਲਦਾ ਹੈ ਔਰ ਉਹਦੀਆਂ ਕਿਰਨਾਂ ਧਰਤੀ ਨੂੰ ਰੁਸ਼ਨਾ ਦਿਆ ਕਰਦੀਆਂ ਨੇ ਜਲਾਦ ਟੋਕਾ ਲੈ ਕੇ ਆਇਆ ਔਰ ਬਾਬਾ ਜੀ ਵੱਲ ਤੱਕਿਆ ਅਤੇ ਬਾਬਾ ਜੀ ਖਿੜਖਿੜਾ ਕੇ ਹੱਸੇ ਜਲਾਦ ਕਹਿੰਦਾ ਬਾਬਾ ਹੁਣ ਤੇਰੇ ਹੱਸਣ ਦਾ ਵਕਤ ਗਿਆ ਮੇਰੇ ਇਸ ਟੋਕੇ ਨੇ ਇਸ ਤਿੱਖੇ ਹਥਿਆਰ ਨੇ ਤੇਰੇ ਸਰੀਰ ਦਾ ਕੀਮਾ ਕਰ ਦੇਣਾ ਅਤੇ ਮੁਸਕਰਾਹਟ ਵਾਲੀ ਕਿਹੜੀ ਗੱਲ ਬਾਬਾ ਜੀ ਹੱਸ ਕੇ ਕਹਿਣ ਲੱਗੇ ਮਿੱਤਰਾ ਹਾਸਾ ਇਸ ਗੱਲ ਦਾ ਹੈ ਕਿ ਤੂੰ ਕਸਵੱਟੀ ਹੈ ਔਰ ਕਸਵੱਟੀ ਸੋਨੇ ਨੂੰ ਪਰਖਦੀ ਹੈ ਜੇ ਤੇਰੇ ਕੱਟਦਿਆਂ ਕੱਟਦਿਆਂ ਮੈਂ ਇੱਕ ਵਾਰੀ ਵੀ ਸੀ ਜਾਂ ਹਾਏ ਕਹਿ ਦਿਆਂ ਤਾਂ ਸਮਝੀ ਫਿਰ ਸੋਨੇ 'ਚ ਖੋਟ ਹੈ ਅਤੇ ਜੇ ਤੇਰੇ ਬੰਦ ਬੰਦ ਕੱਟਦਿਆਂ ਬਾਬਾ ਮਨੀ ਸਿੰਘ ਪੂਰਾ ਜਪਜੀ ਸਾਹਿਬ ਦਾ ਪਾਠ ਕਰ ਜਾ ਤਾਂ ਫਿਰ ਸਮਝੀ ਗੁਰੂ ਨੇ ਕਿਰਪਾ ਕੀਤੀ ਤਾਂ ਸੋਨਾ ਖਰਾ ਆਖੋ ਸਤਨਾਮ ਫਿਰ ਸਮਝੀ ਸੋਨਾ ਖਰਾ ਹੈ ਬਾਣੀ ਕੋਈ ਪੜ੍ਹਨ ਪੜ੍ਹਾਉਣ ਨਾਲ ਜ਼ਿਆਦਾ ਤੁਲਕ ਨਹੀਂ ਰੱਖਦੀ ਜਿੰਨਾ ਇਹਦਾ ਕਰਮ ਕਮਾਉਣ ਨਾਲ ਹੈ ਇਹਨੂੰ ਢਾਲਣ ਨਾਲ ਹੈ ਅਭਿਆਸ ਦੇ ਤੌਰ 'ਤੇ ਹੁਣ ਜਲਾਦ ਕਹਿੰਦਾ ਬਾਬਾ ਜਦ ਮੌਤ ਨੇੜੇ ਆਉਂਦੀ ਹੈ ਭਿਆਨਕ ਹੁੰਦੀ ਹੈ ਬਾਬਾ ਜੀ ਕਹਿੰਦੇ ਉਹਨਾਂ ਵਾਸਤੇ ਜਿਹੜੇ ਮੌਤ ਤੋਂ ਡਰਦੇ ਨੇ ਜਿੰਨਾ ਮੌਤ ਦੀ ਹਿੱਕ 'ਤੇ ਪੈਰ ਰੱਖ ਕੇ
ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੋਵੇ, ਮੌਤ ਉਹਨਾਂ ਦਾ ਕੁਝ ਵੀ ਨਹੀਂ ਵਿਗਾੜ ਸਕਦੀ। ਇਸ ਕਰਕੇ ਮਿੱਤਰਾ ਚੱਲ ਹੁਣ ਦੁਨੀਆ ਦਾ ਨਵਾਂ ਇਤਿਹਾਸ ਲਿਖੀਏ। ਬਾਬਾ ਜੀ ਦਾ ਸੱਜਾ ਹੱਥ ਜਲਾਦ ਦੇ ਖੱਬੇ ਹੱਥ ਵਿੱਚ ਔਰ ਉਹਨੂੰ ਮੁੱਢੀ 'ਤੇ ਟਿਕਾਇਆ, ਕਾਟ ਕਰਦਾ ਜਦ ਵਾਰ ਕਰਨ ਲੱਗਾ ਬਾਬਾ ਜੀ ਨੇ ਅਡੋਲੀ ਖਿੱਚ ਲਿਆ। ਜਲਾਦ ਕਹਿੰਦਾ, ਹੁਣ ਸੁਣਾ ਬਾਬਾ, ਅਜੇ ਤਾਂ ਟੋਕਾ ਵੱਜਾ ਵੀ ਨਹੀਂ ਅਤੇ ਪਹਿਲਾਂ ਹੀ ਹੱਥ ਪਿੱਛੇ ਖਿੱਚ ਲਿਆ। ਉਹਨੇ ਆਖਿਆ, ਜਲਾਦਾ ਇਹਦੇ ਵਿੱਚ ਵੀ ਰਮਜ ਹੈ, ਮੈਂ ਪ੍ਰਚਾਰਕ ਹਾਂ, ਜਦ ਕਥਾ ਕਰਦਾ ਹਾਂ ਉੱਥੇ ਵੀ ਲੋਕਾਂ ਨੂੰ ਲੋਕਾਂ ਦਾ ਫਰਜ਼ ਸਮਝਾਉਣਾ। ਅੱਜ ਮੈਂ ਕਤਲਗਾਹ 'ਤੇ ਹਾਂ, ਅੱਜ ਵੀ ਤੈਨੂੰ ਤੇਰਾ ਫਰਜ਼ ਸਮਝਾਉਣ ਲੱਗਾ। ਤੈਨੂੰ ਹੁਕਮ ਕੀ ਹੋਇਆ? ਬਾਬਾ ਜੀ, ਜਿੰਨੇ ਤੁਹਾਡੇ ਸਰੀਰ ਦੇ ਜੋੜ ਨੇ, ਜਿੰਨੇ ਇਹ ਅੰਗ ਅੰਗ ਕੱਟ ਕੇ ਬੰਦ ਅਤੇ ਫਿਰ ਤੁਹਾਨੂੰ ਕਤਲ ਕਰਨਾ, ਸ਼ਹੀਦ ਕਰਨਾ। ਬਾਬਾ ਜੀ ਕਹਿੰਦੇ, ਫਿਰ ਤੂੰ ਆਪਣੇ ਮਾਲਕ ਦੇ ਹੁਕਮ ਦੀ ਤਮੀਲ ਨਹੀਂ ਕਰ ਰਿਹਾ। ਤੂੰ ਟੋਕੇ ਦੀ ਮੁੱਠੀ ਨੂੰ ਉਂਗਲਾਂ ਨਾਲ ਪਕੜਿਆ ਹੋਇਆ ਔਰ ਤੇਰੀਆਂ ਉਂਗਲਾਂ ਦੀ ਪਕੜ ਵਿੱਚੋਂ ਜਦ ਇਹ ਆਜ਼ਾਦ ਹੋ ਗਈ ਨਿਕਲ ਜਾਏਗੀ। ਉਂਗਲਾਂ ਦਾ ਇਕੱਠੇ ਹੋਣਾ, ਉਂਗਲਾਂ ਦਾ ਖੁੱਲ੍ਹ ਜਾਣਾ ਇਸ ਗੱਲ ਦਾ ਪ੍ਰਤੀਕ ਹੈ, ਜਿਸ ਗੁੱਟ 'ਤੇ ਤੂੰ ਵਾਰ ਕਰਨ ਲੱਗਾ ਬੰਦ ਇਦੋਂ ਪਿੱਛੋਂ ਸ਼ੁਰੂ ਹੁੰਦੇ ਨੇ। ਆਖੋ ਸਤਨਾਮ, ਉੱਥੋਂ ਕਿ ਕੱਟਦਾ ਆ, ਕਿਉਂਕਿ ਤੂੰ ਭੁੱਲ ਰਿਹਾ ਪਰ ਮੈਨੂੰ ਯਾਦ ਹੈ ਵੀ ਜਲਾਦਾਂ ਨੇ ਮੇਰਾ ਬੰਦ ਕੱਟਣ ਦਾ ਫਤਵਾ ਲਾਇਆ। ਇਸ ਕਰਕੇ ਮਿੱਤਰਾ, ਜਦ ਮੈਨੂੰ ਕਾਹਲੀ ਨਹੀਂ ਫਿਰ ਤੂੰ ਕਾਹਲੀਆਂ ਕਿਉਂ ਕਰਦਾ? ਲੱਖਾਂ ਕਰੋੜਾਂ ਜਨਮ ਹੁੰਦੇ ਨੇ, ਮਨੁੱਖਾ ਦੇਹ ਮਿਲਦੀ ਹੈ, ਬੜੀ ਕਿਰਪਾ ਹੋਵੇ ਜਨਮ ਸਿੱਖਾਂ ਦੇ ਘਰ ਮਿਲਦਾ ਅਤੇ ਬੜੀ ਸਤਿਗੁਰਾਂ ਦੀ ਕਿਰਪਾ ਹੋਵੇ ਅਤੇ ਸ਼ਹਾਦਤ ਦੇ ਬਾਟੇ ਨੂੰ ਬੁੱਲੀਆਂ ਲੱਗਦੀਆਂ ਨੇ। ਹੁਣ ਜੇ ਇਹ ਅਮੁੱਲੀ ਵਸਤੂ ਮੇਰੀਆਂ ਬੁੱਲੀਆਂ ਨੂੰ ਲੱਗਣ ਲੱਗੀ ਹੈ, ਮੇਰੇ ਹੱਥ ਵਿੱਚ ਆਈ ਹੈ, ਮੈਨੂੰ ਆਨੰਦ ਨਾਲ ਪੀਣ ਦੇ। ਆਖਰੀ ਵਕਤ ਸਤਿਕਾਰਯੋਗ ਬਾਬਾ ਮਨੀ ਸਿੰਘ ਜੀ ਨੇ ਸ਼ਹੀਦ ਹੋਣ ਤੋਂ ਪਹਿਲਾਂ ਵਕਤ ਦੇ ਜਲਾਦ ਨੂੰ ਜਿਵੇਂ ਸਮਝਾਉਣਾ ਕੀਤਾ ਕਿ ਮਿੱਤਰਾ ਜਰਾ ਪ੍ਰੇਮ ਨਾਲ ਕੱਟਦਾ ਆ, ਦੁਨੀਆ ਨੂੰ ਦੱਸ ਦੇ ਸਕਾਂ ਕਿ ਗੁਰਬਾਣੀ ਦਾ ਕਮਾਇਆ ਹੋਇਆ ਸ਼ਬਦ ਕਿਸ ਇੰਤਹਾ ਤੱਕ ਪਹੁੰਚਦਾ, ਕਿਸ ਸੀਮਾ ਤੱਕ ਪਹੁੰਚਦਾ। ਆਓ ਉਸ ਵਾਜੂ ਮੰਡਲ ਵਿੱਚ ਜੋ ਕੁਝ ਬਾਬਾ ਜੀ ਕਹਿ ਰਹੇ ਨੇ ਵਕਤ ਦੇ ਸੀਨ ਨੂੰ ਸਾਹਮਣੇ ਰੱਖ ਕੇ ਇੱਕ ਕਵੀਸ਼ਰੀ ਨਜ਼ਮ ਰਾਹੀਂ ਆਪ ਜੀ ਨਾਲ ਸਾਂਝ ਇਉਂ ਪਾਈ ਜਾ ਰਹੀ। ਫੜ ਕੇ ਹੱਥ ਜਲਾਦ ਦਹੇ ਤਾਂ ਭਾਈ ਸਾਹਿਬ ਜੀ ਕਹਿੰਦੇ ਨੇ, ਧਰਮ ਰੱਖਣ ਲਈ ਧਰਮੀ ਜੋਧੇ ਹੱਸ ਕੇ ਦੁਖੜੇ ਸਹਿੰਦੇ ਨੇ। ਉਹ ਕਾਤੋਂ ਹੁਕਮ ਅਦੁੱਲੀ ਕਰਦਾ, ਦਿੱਤਾ ਹੁਕਮ ਪਲਾਉਂਦਾ ਕਿਉਂ, ਪੋਟਿਆਂ ਲਾਗੋਂ ਘੱਟ ਜਲਾਦਾ ਕਾਲੀ ਦੇ ਟੱਪ ਲਾਉਂਦਾ ਕਿਉਂ। ਸ਼ਾਹੀ ਕਾਜੀ ਫਤਵਾ ਲਾਇਆ, ਸ਼ਾਹੀ ਕਾਜੀ ਫਤਵਾ ਲਾਇਆ, ਬੰਦ ਮੇਰਾ ਕੱਟਣ ਲਈ ਮਕਤਲ ਉੱਤੇ ਆਣ ਖਲਾ ਮੈਂ ਸਿਲ ਅਲੂਨੀ ਚੱਟਣ ਲਈ। ਓ ਤੂੰ ਮਕਤੂਲ ਦਾ ਕਸ਼ਟ ਕਟਾ ਕੇ ਮਾਲਕ ਪਿਆਰ ਸੋਨੇ ਕਿਉਂ, ਪੋਟਿਆਂ ਲਾਗੋਂ ਕੱਟ ਜਲਾਦਾ ਕਾਲੀ ਦੇ ਟੱਪ ਲਾਉਣੇ ਕਿਉਂ। ਸੂਲੀ ਆਸ਼ਕ ਚੜਦੇ ਹੱਸ ਕੇ ਰੀਤ ਪੁਰਾਣੀ ਏ, ਮੌਤ ਦੇ ਓਲੇ ਜੀਵਨ ਲੁਕਿਆ ਤੂੰ ਨਰਮ ਜ ਪਛਾਣੀ ਏ। ਆ ਘੁੱਟ ਘੁੱਟ ਕਰਕੇ ਪੀ ਜਾਵਣ ਦੇ, ਘੁੱਟ ਘੁੱਟ ਕਰਕੇ ਪੀ ਜਾਵਣ ਦੇ, ਸਾਕੀ ਜਾਮ ਛਪਾਉਣੇ ਕਿਉਂ, ਪੋਟਿਆਂ ਲਾਗੋਂ ਕੱਟ ਜਲਾਦਾ ਕਾਲੀ ਦੇ ਟੱਪ ਲਾਉਣੇ ਕਿਉਂ। ਕਾਟ ਸ਼ਮਾ ਦੀ ਮੱਚਦੀ ਸਾਵੇਂ ਲਾਟ ਸਮਾਧੀ ਮੱਚਦੀ ਸਾਵੇਂ, ਚੜਿਆ ਚਾ ਪੁਰਵਾਨੇ ਨੂੰ ਰੀਝਾਂ ਦੇ ਨਾਲ ਮੱਚਣ ਦੇ ਹੁਣ ਅਣਖੀ ਦੀ ਦੁਦਵਾਨੇ ਨੂੰ। ਓ ਖੁੱਲੇ ਸਵਰਗਾਂ ਦੇ ਬੂਹੇ ਤੂੰ ਰਸਤਾ ਅਟਕਾਉਣੇ ਕਿਉਂ, ਪੋਟਿਆਂ ਲਾਗੋਂ ਕੱਟ ਜਲਾਦਾ ਕਾਲੀ ਦੇ ਟੱਪ ਲਾਉਣੇ ਕਿਉਂ। ਧਰਮ ਦੀ ਮੰਜ਼ਲ ਡਾਡੀ ਔਖੀ, ਮਿੱਤਰਾ ਚੱਲ ਪਾਵਣ ਦੇ, ਮਾਲਕ ਨੂੰ ਪੁਰਵਾਨ ਜੇ ਹੋਵੇ ਸਿਰ ਦੀ ਭੇਟ ਚੜਾਵਣ ਦੇ। ਓ ਮਲਕ ਮਿਲਦਾ ਪ੍ਰੀਤਮ ਪਿਆਰਾ, ਮਲਕ ਮਿਲਦਾ ਪ੍ਰੀਤਮ ਪਿਆਰਾ, ਤੂੰ ਛੋੜੇ ਪਾਉਣਾ ਹੈ ਕਿਉਂ, ਪੋਟਿਆਂ ਲਾਗੋਂ ਕੱਟ ਜਲਾਦਾ ਕਾਲੀ ਦੇ ਟੱਪ ਲਾਉਣਾ ਕਿਉਂ। ਭੇਟ ਚੜਾ ਕੇ ਜੋ ਦੇ ਸਬਕ ਸਿੱਖੀ ਦਾ ਪਰਦੇ ਰੇ, ਤੇਗਾਂ ਦੀ ਸਾਂ ਥੱਲੇ ਜੋ ਦੇ ਸ਼ੁਕਰ ਹਰੀ ਦਾ ਕਰਦੇ ਰੇ। ਓ ਆਰਿਆਂ ਥੱਲੇ ਜੋ ਨਾ ਡੋਲੇ ਤੂੰ ਦੱਸ
ਘੂਰ ਡਰਾਉਣਾ ਕਿਉਂ ਪੋਟਿਆਂ ਲਾਗੋਂ ਘੱਟ ਜਲਾਦਾ ਕਾਲੀ ਦੇ ਟੱਪ ਲਾਉਣਾ ਕਿਉਂ ਤੇਰੀਆਂ ਤਿੱਖੀਆਂ ਛੁਰੀਆਂ ਨੇ ਅੱਜ ਤੇਰੀਆਂ ਤਿੱਖੀਆਂ ਛੁਰੀਆਂ ਨੇ ਅੱਜ ਕਰਨੀ ਹੈ ਤਕਦੀਰ ਮੇਰੀ ਇੱਕ ਇੱਕ ਜਿਸਮ ਦੇ ਟੁਕੜੇ ਵਿੱਚੋਂ ਫਿਰ ਵੇਖੀ ਤਸਵੀਰ ਮੇਰੀ ਓ ਖੂਨ ਬਥੇਰਾ ਡੁੱਲਣਾ ਇੱਥੇ ਤੂੰ ਪਹਿਲਾਂ ਹੀ ਕਬਰ ਆਉਣਾ ਹੈ ਕਿਉਂ ਪੋਟਿਆਂ ਲਾਗੋਂ ਘੱਟ ਜਲਾਦਾ ਕਾਲੀ ਦੇ ਟੱਪ ਲਾਉਣਾ ਕਿਉਂ ਇਕਦਮ ਦੀ ਮਹਿਮਾਨ ਹੈ ਮਿੱਤਰਾ ਇਕਦਮ ਦੀ ਮਹਿਮਾਨ ਹੈ ਮਿੱਤਰਾ ਕੀ ਜਾਣਾ ਜ਼ਿੰਦਗਾਨੀ ਦਾ ਜੁਗਾਂ ਤੀ ਕੁਰ ਕੈਮ ਰਹੇਗਾ ਰੁਤਬਾ ਸੱਚ ਕੁਰਬਾਨੀ ਦਾ ਓ ਮਰਦਾਂ ਦੀ ਰਤ ਨਾਲ ਲਿਖੇ ਜੋ ਸੱਚ ਦੇ ਹਰਫ ਮਟਾਉਣਾ ਹੈ ਕਿਉਂ ਪੋਟਿਆਂ ਲਾਗੋਂ ਘੱਟ ਜਲਾਦਾ ਕਾਲੀ ਦੇ ਟੱਪ ਲਾਉਣਾ ਹੈ ਕਿਉਂ ਨਾ ਹੈ ਸਾਨ ਤੇਰੇ ਮੈਂ ਬੋਲ ਕਰੇ ਤੂੰ ਪੂਰੇ ਜੇ ਅਰਸ਼ੀ ਪ੍ਰੀਤਮ ਖੁਸ਼ ਨਹੀਂ ਹੋਣਾ ਰਹਿ ਗਏ ਚਾਹ ਅਧੂਰੇ ਜੇ ਓ ਭਾਗੋ ਵਾਲੀਆ ਪਿਆਰ ਦੇ ਨਗਮੇ ਭਾਗੋ ਵਾਲੀਆ ਪਿਆਰ ਦੇ ਨਗਮੇ ਦੁਸ਼ਮਣ ਦੇ ਕਰ ਗਾਉਣਾ ਹੈ ਕਿਉਂ ਪੋਟਿਆਂ ਲਾਗੋਂ ਘੱਟ ਜਲਾਦਾ ਕਾਲੀ ਦੇ ਟੱਪ ਲਾਉਣਾ ਕਿਉਂ ਕਾਲੀ ਦੇ ਟੱਪ ਲਾਉਣਾ ਕਿਉਂ ਇੱਕ ਵਾਰੀ ਬਈ ਸਾਰੀ ਸੰਗਤ ਉਸ ਮਹਾਂਪੁਰਖ ਦੀ ਕੁਰਬਾਨੀ ਦਾ ਧਿਆਨ ਧਰ ਕੇ ਆਖੋ ਸਤਨਾਮ ਜਲਾਦ ਕੱਟ ਰਿਹਾ ਸੀ ਜਪਜੀ ਸਾਹਿਬ ਦੀ ਧੁਨ ਹੋਰ ਉੱਚੀ ਹੋ ਰਹੀ ਸੀ ਇੱਕ ਇੱਕ ਟੁਕੜਾ ਕਰਕੇ ਬਾਬਾ ਜੀ ਦੇ ਜਿਸਮ ਨੂੰ ਕੱਟ ਦਿੱਤਾ ਗਿਆ ਲਹੂ ਦੇ ਛੱਪੜ ਵਿੱਚ ਉਹਨਾਂ ਦਾ ਸਰੀਰ ਤਾਰੀਆਂ ਲਾ ਰਿਹਾ ਸੀ ਆਵਾਜ਼ ਆ ਰਹੀ ਸੀ ਸਾਈ ਸਿਰਾਂ ਦੀ ਜੇਕਰ ਨਾ ਦਈਏ ਸੌਦੇ ਅਣਖ ਦੇ ਨਹੀਂ ਖਰੀਦ ਹੁੰਦੇ ਕਤਲਗਾਹਾਂ ਉਹ ਪੂਜੀਆਂ ਜਾਣ ਸਫਰੀ ਜਿੱਥੇ ਮਾਵਾਂ ਦੇ ਪੁੱਤ ਸ਼ਹੀਦ ਹੁੰਦੇ ਸਾਡੀ ਜੂਨ ਹੈ ਜੂਨ ਪਰਵਾਨਿਆਂ ਦੀ ਸੀਸ ਧਰਮ ਲਈ ਵਾਰਨਾ ਕੰਮ ਸਾਡਾ ਲਾਲੀ ਆਪਣੇ ਜਿਗਰ ਦੀ ਲਾ ਕੇ ਅਤੇ ਕਤਲਗਾਹ ਸ਼ਿੰਗਾਰਨਾ ਕੰਮ ਸਾਡਾ ਸ਼ਹੀਦ ਕੀ ਜੋ ਮੌਤ ਹੈ ਕੌਮ ਕੀ ਹਦਾਤ ਹੈ ਹਦਾਤ ਤੋਂ ਹਦਾਤ ਜਹਾਂ ਮੌਤ ਵੀ ਹਦਾਤ ਹੈ ਜਦ ਤੱਕ ਸੂਰਜ ਚੜ੍ਹਦਾ ਰਹੇਗਾ ਚੰਨ ਚਮਕਦਾ ਰਹੇਗਾ ਤਾਰੇ ਡਲਕਦੇ ਰਹਿਣਗੇ ਪੌਣਾ ਵਹਿੰਦੀਆਂ ਰਹਿਣਗੀਆਂ ਸਮੁੰਦਰ ਥੜਕਦਾ ਰਹੇਗਾ ਉਸ ਕਾਇਨਾਤ ਤੱਕ ਸਿੱਖ ਅਰਦਾਸ ਵਿੱਚ ਕਹਿੰਦਾ ਰਹੇਗਾ ਖਾਲਸਾ ਪੰਥ ਜੀ ਕੇ ਸਮੂਹ ਸ਼ਹੀਦਾਂ ਜਿਨ੍ਹਾਂ ਨੇ ਖੋਪਰੀਆਂ ਲੁਆਈਆਂ ਬੰਦ ਬੰਦ ਕਟਵਾਏ ਚਰਖੜੀਆਂ 'ਤੇ ਚੜ੍ਹੇ ਤਿੰਨਾਂ ਪਿਆਰਿਆਂ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਅਰਦਾਸ ਵਿੱਚੋਂ ਉਹ ਇਤਿਹਾਸ ਤੁਹਾਨੂੰ ਨਜ਼ਰ ਆਉਂਦਾ ਰਹੇਗਾ ਸਭ 1726 ਦੀ ਗੱਲ ਕਰਕੇ ਗਏ ਸਨ ਗਿਆਨੀ ਖੜਕ ਸਿੰਘ ਜੀ ਪਠਾਨਕੋਟ ਇਹ ਵਾਕਿਆ 1734 ਦਾ ਹੈ ਖਾਨ ਬਹਾਦਰ ਖਾਨ ਜ਼ਕਰੀਆ ਖਾਨ ਦੀ ਚੀਫ ਗਵਰਨਰੀ ਦੇ ਤਹਿਤ ਇਹ ਸਾਕਾ ਹੋਇਆ ਉਸ ਤੋਂ ਅੱਗੇ ਇਤਿਹਾਸ ਅਗਲਾ ਕਦਮ ਪੁੱਟ ਕੇ ਕਿੱਧਰ ਨੂੰ ਤੁਰਦਾ ਹੈ ਔਰ ਕੀ ਨਵਾਂ ਅਧਿਆਇ ਲਿਖਿਆ ਜਾਂਦਾ ਹੈ ਸ਼ਾਇਦ ਗਿਆਨੀ ਜਗਦੀਸ਼ ਸਿੰਘ ਜੀ ਵਡਾਲਾ ਸਾਹਿਬ ਉਹਨਾਂ ਨੂੰ ਵਿਸ਼ਾ ਭਾਜੀ ਹੋਣਾ ਦਿੱਤਾ ਹੋਇਆ ਮੈਂ ਜਿੱਥੇ ਸੰਗਤ ਪੱਖੋਂ ਤੁਹਾਡੀ ਤਾਰੀਫ ਕਰਦਾ ਹਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਉੱਥੇ ਤੁਹਾਡੀ ਫਰਾਕ ਦਿਲੀ ਤੁਹਾਡੀ ਸੁਣਨ ਦੀ ਜਿਹੜੀ ਰੁਚੀ ਹੈ ਇਕਾਗਰਤਾ ਉਹਦੇ ਤੋਂ ਵੀ ਕੁਰਬਾਨ ਔਰ ਬੁਲਾਰੇ ਦਾ ਮਾਣ ਕਰਨਾ ਇੱਕ ਵੱਖਰਾ ਪੱਖ ਸੌਣ ਵਾਲੇ ਵੀਰ ਦਾ ਸਹਿਯੋਗ ਸੰਗਤ ਦਾ ਸਹਿਯੋਗ ਇਹਦੇ ਨਾਲੋਂ ਵੀ ਵੱਡੀ ਗੱਲ ਤੁਸੀਂ ਇਸ ਮੇਲੇ ਨੂੰ ਸਿੱਖੀ ਦੇ ਪ੍ਰਚਾਰ ਵਜੋਂ ਵਰਤ ਰਹੇ ਹੋ ਸ਼ਹੀਦ ਬਾਬਾ ਮਹਿਤਾਬ ਸਿੰਘ ਜੀ ਮੀਰਾਂਕੋਟੀ ਔਰ ਉਹਨਾਂ ਦੀ ਸ਼ਹੀਦੀ ਦੇ ਜੋੜ ਮੇਲੇ ਨੂੰ ਇਤਿਹਾਸ ਨੂੰ ਪ੍ਰਮੋਟ ਕਰਨ ਲਈ ਆਪਣਾ ਹਿੱਸਾ ਪਾ ਰਹੇ ਹੋ ਮੈਂ ਇਹ ਕਹਿ ਸਕਦਾ ਵੀ ਜਿਹੜਾ ਕੰਮ ਵੱਡੀਆਂ ਸੰਸਥਾਵਾਂ ਤੋਂ ਵੀ ਨਹੀਂ ਹੋ ਰਿਹਾ ਉਹ ਤੁਸੀਂ ਨਗਰ ਨਿਵਾਸੀ ਕਰ ਰਹੇ ਹੋ ਯਾਨੀ ਲੜੀਵਾਰ ਇਤਿਹਾਸ ਨੂੰ ਅੱਗੇ ਤੋਰਦਿਆਂ ਹੋਇਆਂ ਇੱਕ ਯੋਜਨਾ ਬਦ ਤਰੀਕੇ ਨਾਲ ਗੁਰੂ ਕੇ ਸਿੱਖ ਸੰਗਤ ਦੀ ਸੇਵਾ ਕਰ ਰਹੇ ਹੋ ਸਾਰਿਆਂ ਦੇ ਧੰਨਵਾਦੀ ਹਾਂ ਡਾਕਟਰ ਸ਼ਮਸ਼ੇਰ ਸਿੰਘ ਜੀ ਬੂਆ ਨੰਗਲੀ ਵਾਲੇ ਉਹਨਾਂ ਵੱਲੋਂ ਬਈ ਸਪੈਸ਼ਲ 500 ਤੋਂ ਮੁੜਾ ਆਇਆ ਮੈਂ ਧੰਨਵਾਦੀ ਹਾਂ ਸਕੱਤਰ ਸਿੰਘ ਜੀ ਮਨੀਲਾ ਔਰ ਸਰਦਾਰ ਗੁਰਪ੍ਰੀਤ ਸਿੰਘ ਜੀ ਮਨੀਲਾ ਦੋਨਾਂ ਵੀਰਾਂ ਵੱਲੋਂ ਬਾਹਰਲੇ ਮੁਲਕੋਂ 500 ਦਮੜਾ ਆਇਆ ਸਾਰੀ ਗੁਰੂ ਕੀ ਸੰਗਤ ਵੱਲੋਂ ਬੇਅੰਤ ਮਾਇਆ ਆਏ ਗਿਆਨੀ ਬਲਵਿੰਦਰ ਸਿੰਘ ਜੀ ਮੁਸਤਰਾਪੁਰ ਵਾਲੇ ਕੌਮ ਦੇ ਮਹਾਨ ਢਾਡੇ
ਉਹਨਾਂ ਵੱਲੋਂ ਬੇਨਤ ਮਾਇਆ ਅਰਦਾਸ ਹੈ। ਅਦਲੀਵਾਲ ਵਾਲੇ ਸਤਿਕਾਰਯੋਗ ਮਹਾਂਪੁਰਖ ਬੈਠੇ ਨੇ ਸਾਰਿਆਂ ਦਾ ਧੰਨਵਾਦ, ਕਰ ਸੇਵਾ ਵਾਲੇ ਮਹਾਂਪੁਰਖਾਂ ਦਾ, ਸਟੇਜ ਸਕੱਤਰ ਸਾਹਿਬ ਦਾ, ਮਾਲਵਾ ਚੈਨਲ ਵਾਲਿਆਂ ਦਾ, ਜਿਹੜੇ ਵੀ ਤੁਹਾਡੇ ਇਸ ਨਗਰ ਦੀ ਨਿੱਕੀ ਨਿੱਕੀ ਸਰਗਰਮੀ ਨੂੰ ਪੂਰੇ ਵਰਲਡ ਵਿੱਚ ਪਹੁੰਚਾ ਰਹੇ ਨੇ, ਸਾਰੇ ਵੀਰਾਂ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਨਕੋਟ, ਤੁਹਾਡੇ ਚਰਨਾਂ ਨਾਲ ਲੱਗੀ ਹੋਈ ਧੂੜ ਦਾ ਇੱਕ ਕਿਣਕਾ ਭਾਈ ਜੋਗਾ ਸਿੰਘ ਭਾਗੋਵਾਲੀਆ, ਸਾਹ ਦੇ ਰਹੇ ਸਨ ਭਾਈ ਜੋਬਨ ਸਿੰਘ ਜੀ ਕੋਟਮੌਲ ਵੀ, ਭਾਈ ਸੁਖਵਿੰਦਰ ਸਿੰਘ ਜੀ ਸੇਖਵਾਂ, ਭਾਈ ਕੁਲਵੰਤ ਸਿੰਘ ਜੀ ਕੋਮਲ, ਹੋਈਆਂ ਭੁੱਲਾਂ ਦੀ ਖਿਮਾ ਜੀ। ਅਗਲਾ ਪ੍ਰੋਗਰਾਮ ਸਕੱਤਰ ਸਾਹਿਬ ਤੋਂ ਸਰਵਣ ਕਰੋ, ਫਤਿਹ ਚੜ੍ਹਦੀ ਕਲਾ ਨਾਲ ਗਜਾਓ ਅਤੇ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗ 'ਤੇ ਉਹ ਕੌਮਾਂ ਜਿਹਦੇ ਵੀਰ ਕਿਧਰੇ ਕਾਲਾਂ ਕਾਲਦੇ ਨੇ, ਛੰਨੇ ਖੋਪੜੀ ਦੇ ਫੜ ਕੇ ਪੁੱਤ ਜਿਸਦੇ, ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ, ਉਹ ਨਹੀਂ ਕੌਮ ਖੇਰੂ ਖੇਰੂ ਹੋ ਸਕਦੀ, ਪਾਈਆਂ ਉਹਦੇ 'ਚ ਕਿਸੇ ਨੇ ਵੰਡੀਆਂ ਨੇ, ਬੰਦ ਬੰਦ ਕਟਾ ਕੇ ਜਿਹਦੇ ਵੀਰਾਂ ਆਪਣੀ ਕੌਮ ਦੀਆਂ ਆਂਦਰਾਂ ਗੰਢੀਆਂ ਨੇ, ਬੰਦ ਬੰਦ ਕਟਾ ਕੇ ਜਿਹਦੇ ਵੀਰਾਂ ਆਪਣੀ ਕੌਮ ਦੀਆਂ ਆਂਦਰਾਂ ਗੰਢੀਆਂ ਨੇ। ਬੰਦ ਬੰਦ ਕਟਾਉਣ ਵਾਲੇ ਉਹ ਮਹਾਨ ਸ਼ਹੀਦ ਸੂਰਬੀਰ ਯੋਧੇ ਭਾਈ ਮਨੀ ਸਿੰਘ, ਜਿਨ੍ਹਾਂ ਦਾ ਪ੍ਰਸੰਗ, ਸ਼ਹੀਦੀ ਪ੍ਰਸੰਗ, ਬਹਾਦਰੀ ਪ੍ਰਸੰਗ, ਕੌਮ ਦਾ ਵਿਦਵਾਨ ਕਵੀਸ਼ਰੀ ਜਥਾ ਗਿਆਨੀ ਜੋਗਾ ਸਿੰਘ ਜੀ ਭਾਗੋਵਾਲ, ਬੜੀ ਵੱਡੀ ਸੇਵਾ ਇਹਨਾਂ ਦੀ ਕਵੀਸ਼ਰੀ ਜਗਤ ਦੇ ਵਿੱਚ, ਉਹਨਾਂ ਦੇ ਪਾਸੋਂ ਆਪ ਸਿੱਖ ਸੰਗਤਾਂ ਨੇ ਸਰਵਣ ਕੀਤਾ ਹੈ। ਗੁਰੂ ਕੀ ਸੰਗਤ, ਦੀਵਾਨ ਨਿਰੰਤਰ ਇਸੇ ਤਰ੍ਹਾਂ ਚੱਲਦੇ ਰਹਿਣੇ ਨੇ, ਤਕਰੀਬਨ ਇੱਕ ਘੰਟੇ ਦਾ ਹੋਰ ਦੀਵਾਨ। ਕੌਮ ਦਾ ਵਿਦਵਾਨ ਢਾਡੀ ਜਥਾ ਗਿਆਨੀ ਜਗਦੀਸ਼ ਸਿੰਘ ਜੀ ਵਡਾਲਾ, ਅਖੀਰ 'ਤੇ ਜਿਹੜਾ ਇੱਕ ਫਿਰ ਸਿਰੇ ਲਾਉਣ ਵਾਲੀ ਗੱਲ, ਬੜੀਆਂ ਬੁਲੰਦ ਆਵਾਜ਼ਾਂ, ਬੜਾ ਪ੍ਰਭਾਵਸ਼ਾਲੀ ਲੈਕਚਰ, ਉਹਨਾਂ ਦੇ ਪਾਸੋਂ ਆਪ ਸੰਗਤਾਂ ਨੇ ਕੌਮ ਦੇ ਉਸ ਮਹਾਨ ਸੂਰਬੀਰ ਯੋਧੇ ਭਾਈ ਤਾਰੂ ਸਿੰਘ ਜੀ ਸ਼ਹੀਦੀ ਦਾ ਪ੍ਰਸੰਗ ਸਰਵਣ ਕਰਨਾ ਹੈ। ਸੋ ਨਿਮਰਤਾ ਸਹਿਤ ਬੇਨਤੀ ਹੈ ਕਿ ਸੱਜੇ ਰਹਿਣਾ ਇਸੇ ਤਰ੍ਹਾਂ, ਕਿਉਂਕਿ ਇਹਨਾਂ ਤੋਂ ਬਾਅਦ ਸਿਰਫ ਉਸ ਤੋਂ ਬਾਅਦ ਜਿਹੜਾ ਹੈ ਇੱਕ ਸ਼ਬਦ ਦੀ ਹਾਜ਼ਰੀ ਹੈ, ਕੀਰਤਨ ਦੀ ਸਮਾਪਤੀ, ਉਸ ਤੋਂ ਬਾਅਦ ਅਰਦਾਸ ਬੇਨਤੀ ਹੈ। ਕਬੱਡੀ ਦੇ ਮੈਚ ਜਿਹੜੇ ਆ 4:30 ਵਜੇ ਠੀਕ ਵਾਈਟ ਐਵਨਿਊ ਦੇ ਵਿੱਚ ਭਾਈ ਜਬਰਜੀਤ ਸਿੰਘ ਜੀ ਹੋਰਾਂ ਦੇ ਘਰਾਂ ਦੇ ਲਾਗੇ ਜਿਹੜੇ ਆ ਉਹ ਖੇਡੇ ਜਾਣੇ ਆ। ਸੋ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਇਤਿਹਾਸ ਵੀ ਸਰਵਣ ਕਰਨਾ ਹੈ, ਜਿਹਨਾਂ ਸੱਜਣਾਂ ਨੇ ਕਬੱਡੀ ਵਿੱਚ ਵੇਖਣੀ ਹੈ 4:30 ਵਜੇ ਜਿਹੜੇ ਕਬੱਡੀ ਦੇ ਮੈਚ, ਬੜੀਆਂ ਪ੍ਰਸਿੱਧ ਟੀਮਾਂ, ਦੋ ਕਬੱਡੀ ਦੇ ਵੱਡੇ ਮੈਚ ਜਿਹੜੇ ਉਹ ਹੋਣੇ ਆ। ਸੋ ਇਸ ਕਰਕੇ ਆਪ ਸੰਗਤਾਂ ਨੂੰ ਬੇਨਤੀ ਹੈ, ਦੋ ਸਨਮਾਨ ਜਿਹੜੇ ਆ ਜੋੜੇਘਰ ਵਾਲਾ ਸੱਜਣ ਅਤੇ ਛਬੀਲ ਵਾਲੇ ਸੱਜਣ, ਉਹਨਾਂ ਨੂੰ ਬੇਨਤੀ ਹੈ ਕਿ ਆ ਕੇ ਗੁਰੂ ਘਰ ਦੀ ਬਖਸ਼ਿਸ਼ ਰੁਪਾਓ ਲੈਣ। ਭਾਈ ਜਗਦੀਸ਼ ਸਿੰਘ ਜੀ ਵਡਾਲਾ ਹੋਰਾਂ ਨੂੰ ਬੇਨਤੀ ਹੈ ਕਿ ਉਹ ਛਬੀਲ ਦੀ ਸੇਵਾ, ਮੇਰੇ ਵੀਰ ਪੁਸ਼ਪਿੰਦਰ ਸਿੰਘ ਭੰਗੂ ਹੋਰਾਂ ਨੇ, ਹਾਂਜੀ ਬਾਬਾ ਜੀ ਆ ਗਏ, ਪੁਸ਼ਪਿੰਦਰ ਸਿੰਘ ਜੀ ਭੰਗੂ ਛਬੀਲ ਵਾਲੇ, ਮਾਲਵਾ ਟੀ ਵੀ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਆ ਕੇ ਗੁਰੂ ਘਰ ਦੀ ਬਖਸ਼ਿਸ਼ ਰੁਪਾਓ, ਕਿਉਂਕਿ ਇਹਨਾਂ ਦਾ ਬਹੁਤ ਵੱਡਾ ਉਪਰਾਲਾ, ਬੜੇ ਲੰਬੇ ਟਾਈਮ ਤੋਂ ਇਹ ਵੀ ਸੇਵਾ ਕਰਦੇ ਆ ਰਹੇ ਨੇ। ਮਾਨ ਸਾਊਂਡ ਵਾਲੇ ਵੀਰ, ਉਹਨਾਂ ਨੂੰ ਬੇਨਤੀ ਹੈ ਕਿ ਆ ਕੇ ਗੁਰੂ ਘਰ ਦੀ ਬਖਸ਼ਿਸ਼ ਰੁਪਾਓ ਲੈਣ। ਪੁਸ਼ਪਿੰਦਰ ਸਿੰਘ ਜੀ ਭੰਗੂ ਛਬੀਲ ਦੀ ਸੇਵਾ ਇਹ ਵੀ ਲਗਾਤਾਰ ਲਾ ਰਹੇ ਨੇ ਹਰੇਕ ਸਾਲ। ਅੱਗੇ ਆ ਜਾਓ ਬਾਬਾ ਜੀ, ਬੋਲੇ ਸੋ ਨਿਹਾਲ। ਮਾਨ ਸਾਊਂਡ ਵਾਲੇ ਮੇਰੇ ਵੀਰ, ਇਹਨਾਂ ਨੇ ਪਹਿਲੀ ਵਾਰੀ ਸਾਊਂਡ ਦੀ ਸੇਵਾ ਕੀਤੀ ਹੈ, ਸਾਰਿਆਂ ਨੇ ਸ਼ਲਾਘਾ ਕੀਤੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰਨ, ਮਾਨ ਸਾਊਂਡ ਸ਼ਾਹਪੁਰ ਜਾਜਨ। ਬੋਲੇ ਸੋ ਨਿਹਾਲ। ਜੋੜਾ ਘਰ ਵਾਲੇ ਮੇਰੇ ਵੀਰ ਜੇ ਹੋਣ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਆ ਕੇ ਮੇਰਾ ਵੀਰ ਦਵਿੰਦਰ ਸਿੰਘ ਬਿੱਟੂ ਉਹ ਵੀ ਆ ਕੇ ਗੁਰੂ ਘਰ ਦੀ ਬਖਸ਼ਿਸ਼ ਰੁਪਾਓ ਲੈਣ। ਮਾਲਵਾ ਟੀ ਵੀ ਵਾਲੇ ਮੇਰੇ ਵੀਰ, ਹਾਂਜੀ ਮੇਰੇ ਵੀਰ ਦੀ ਨਿਗਾਹ ਵਾਲੀ ਐਨਕ ਡਿੱਗ ਪਈ ਹੈ, ਕਿਸੇ ਨੂੰ ਮਿਲੀ ਹੋਵੇ ਤਾਂ ਇਹਨਾਂ ਨੂੰ ਦੇਣ ਦੀ ਕਿਰਪਾਲਤਾ ਕਰਨੀ। ਮਾਲਵਾ ਟੀ ਵੀ ਵਾਲੇ ਮੀਰ, ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ। ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ। ਗੁਰੂ ਕੀ ਸੰਗਤ, ਜੁੜੇ ਰਹਿਣਾ ਇਸੇ ਤਰ੍ਹਾਂ। ਕੌਮ ਦੇ ਇੱਕ ਹੋਰ ਸੂਰਬੀਰ ਯੋਧੇ ਦੀ ਗਾਥਾ, ਪੰਥ ਦਾ ਵਿਦਵਾਨ ਢਾਡੀ ਜਥਾ ਗਿਆਨੀ ਜਗਦੀਸ਼ ਸਿੰਘ ਜੀ ਵਡਾਲਾ, ਭਾਈ ਤਾਰੂ ਸਿੰਘ ਜੀ ਸ਼ਹੀਦ ਪੁੱਲੇ ਪਿੰਡ ਤੋਂ, ਔਰ ਇਸ ਨਗਰ ਦੇ ਨਾਲ ਵੀ ਉਹਨਾਂ ਦਾ ਨਾਤਾ ਜਿਹੜਾ ਹੈ, ਭਾਈ ਮਹਿਤਾਬ ਸਿੰਘ ਹੋਰਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਉਹਨਾਂ ਦਾ ਨਾਤਾ ਹੈ। ਸੋ ਉਸ ਸੂਰਬੀਰ ਯੋਧੇ ਦੀ ਗਾਥਾ, ਆਖਰੀ ਪ੍ਰਸੰਗ ਅੱਜ ਦੇ ਇਸ ਦੀਵਾਨ ਦਾ, ਜਿਹੜਾ ਆਪ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ ਜਾਣਾ ਹੈ। ਸੋ ਗੁਰੂ ਕੀ ਸੰਗਤ, ਭਾਈ ਤਾਰੂ ਸਿੰਘ ਜੀ ਸ਼ਹੀਦ, ਜਿਨ੍ਹਾਂ ਨੂੰ ਭਾਈ ਮਹਿਤਾਬ ਸਿੰਘ ਜੀ ਹੋਰਾਂ ਦੇ ਨਾਲ ਹੀ, ਕਿਉਂਕਿ ਦੋਨੋਂ ਸਿੰਘ ਚਰਖੜੀ 'ਤੇ ਚੜ੍ਹ ਕੇ ਸ਼ਹੀਦ ਹੋਏ ਹੈ, ਇਹਨਾਂ ਦੋਨਾਂ ਸੂਰਬੀਰ ਯੋਧਿਆਂ ਨੇ ਜਿੱਦਾਂ ਲਾਈਆਂ ਹੋਈਆਂ ਸੀ, ਇੱਕ ਕਹਿ ਰਿਹਾ ਸੀ ਕਿ ਮੈਂ ਪਹਿਲਾਂ ਸ਼ਹੀਦ ਹੋਣਾ ਹੈ, ਦੂਸਰਾ ਕਹਿ ਰਿਹਾ ਸੀ ਮੈਂ ਸ਼ਹੀਦ ਹੋਣਾ ਹੈ, ਸਾਰਾ ਕੀ ਪ੍ਰਸੰਗ ਹੈ। ਚਾਰ ਕੁ ਲਾਈਨਾਂ ਮਹਾਨ ਕਵੀ ਕਰਤਾਰ ਸਿੰਘ ਬਲੱਗਣ ਦੀਆਂ ਮੈਂ ਆਪ ਸੰਗਤਾਂ ਦੇ ਸਨਮੁੱਖ ਰੱਖਣ ਜਾ ਰਿਹਾ। ਜਦੋਂ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਜਾ ਰਿਹਾ ਹੈ,
ਭਾਈ ਤਾਰੂ ਸਿੰਘ ਤੇ ਉਹਦੀ ਜਿਹੜੀ ਭੈਣ ਸੀ ਸਤਿਕਾਰਤ, ਉਹਨਾਂ ਦੇ ਦਰਮਿਆਨ ਕੀ ਵਾਰਤਾਲਾਪ ਹੁੰਦੇ ਆ ਦੋ ਚਾਰ ਲਾਈਨਾਂ ਦੇ ਵਿੱਚ? ਭੈਣ ਭਾਈ ਤਾਰੂ ਸਿੰਘ ਨੂੰ ਕਹਿ ਰਹੀ ਹੈ ਕਿ ਤੇਰੇ ਬਿਨਾਂ ਜਹਾਨ ਉਜਾੜ ਹੋਣਾ ਹੈ, ਕਰ ਸੀ ਬੂਹਾ ਭਾਂ ਭਾਂ ਚੰਨਾ, ਤੇਰੀ ਰੱਤ ਦੇ ਨਾਲ ਹੀ ਚਮਕਣਾ ਸੀ ਐ ਪਰ ਇਸ ਖਨਵਾਦੇ ਦਾ ਨਾਂ ਚੰਨਾ, ਮਤਾਂ ਘਾਬਰੇ ਜਦੋਂ ਦਬਾਅ ਪਾਵਨ, ਮਤ ਘਾਬਰੀ ਜਦੋਂ ਦਬਾਅ ਪਾਵਨ, ਤੈਨੂੰ ਪਈ ਸਮਝਾਵਦੀ ਹਾਂ ਚੰਨਾ, ਕਰੀ ਨਾ ਜੇ ਆਖਣ ਧਰਮ ਛੱਡ ਦੇ, ਕਰੀ ਨਾ ਜੇ ਆਖੀ ਧਰਮ ਛੱਡ ਦੇ, ਪੁੱਛਣ ਮਰਨਾ ਹੀ ਆਖਦੀ ਹਾਂ ਚੰਨਾ। ਵੀਰਾ ਆਪਣੀ ਜਿੰਦ ਤੇ ਖੇਡ ਕੇ ਵੀ, ਵੀਰਾ ਆਪਣੀ ਜਿੰਦ ਤੇ ਖੇਡ ਕੇ ਵੀ, ਜੇ ਤੂੰ ਕੌਮ ਦਾ ਕੁਝ ਸਵਾਰ ਲਵੇਂਗਾ, ਡੁੱਬ ਕੇ ਜ਼ਿੰਦਗੀ ਦੇ ਸਾਗਰ ਵਿੱਚ ਚੰਨਾ, ਆਪਣੀਆਂ ਇੱਕੀਆਂ ਕੁੱਲਾਂ ਨੂੰ ਤਾਰ ਲਏਗਾ। ਡੁੱਬ ਕੇ ਜ਼ਿੰਦਗੀ ਦੇ ਸਾਗਰ ਵਿੱਚ ਚੰਨਾ, ਆਪਣੀਆਂ ਇੱਕੀਆਂ ਕੁੱਲਾਂ ਨੂੰ ਤਾਰ ਲਏਗਾ। ਅੱਗੋਂ ਭਾਈ ਤਾਰੂ ਸਿੰਘ ਕੀ ਜਵਾਬ ਦਿੰਦੇ ਨੇ? ਅੱਗੋਂ ਹੱਸ ਕੇ ਜਿੰਦਾ ਸ਼ਹੀਦ ਕਹਿੰਦਾ, ਉੱਕਾ ਭੈਣ ਜੀ ਮੈਂ ਝਕਾਂਗਾ ਨਾ, ਸਿੱਧਕੀ ਸਿੱਖ ਵਾਂਗੂ ਛਾਤੀ ਡਾਹ ਦਿਆਂਗਾ, ਸਿੱਧਕੀ ਸਿੱਖ ਵਾਂਗੂ ਛਾਤੀ ਡਾਹ ਦਿਆਂਗਾ, ਕਦੀ ਤੇਗ ਨੂੰ ਪਿੱਠ ਤੇ ਡੱਕਾਂਗਾ ਨਾ, ਜੱਫੇ ਮਾਰਾਂਗਾ ਆਰੀਆਂ ਤੇ ਚੜਖਣੀਆਂ ਨੂੰ, ਆਪਣੀ ਮੌਤ ਤਾਂ ਹੀ ਪਛਾਣ ਧੱਕਾਂਗਾ ਨਾ। ਲੋਕੀ ਕਹਿੰਦੇ ਰੰਬੀ ਦੇ ਨਾਲ ਚੱਲਦਾ, ਤਾਰੂ ਸਿੰਘ ਗੱਲ ਇਹ ਕਹਿ ਰਿਹਾ ਸੀ, ਮੇਰੀ ਭੈਣ ਤਾਂ ਹੀ ਲੋਕੋ ਦੱਸ ਦੇਣਾ, ਤੇਰਾ ਵੀਰ ਹੱਸ ਹੱਸ ਕੇ, ਤੇਰਾ ਵੀਰ ਹੱਸ ਹੱਸ ਕੇ ਮਰ ਰਿਹਾ ਸੀ, ਮੇਰੀ ਭੈਣ ਤਾਂ ਹੀ ਲੋਕੋ ਇਹ ਦੱਸ ਦੇਣਾ, ਤੇਰਾ ਵੀਰ ਲੋਕੋ ਹੱਸ ਹੱਸ ਕੇ ਮਰ ਰਿਹਾ ਸੀ। ਉਸ ਮਹਾਨ ਸੂਰਬੀਰ ਯੋਧੇ ਦੀ ਗਾਥਾ, ਬੜਾ ਵਿਰਾਗਮਈ ਪ੍ਰਸੰਗ ਹੈ, ਬੜੀ ਵੱਡੀ ਕੁਰਬਾਨੀ, ਅਤੇ ਉਸ ਵੱਡੀ ਕੁਰਬਾਨੀ ਨੂੰ ਕੌਮ ਦਾ ਡਾਲਾ, ਜਿਨ੍ਹਾਂ ਨੇ ਆਪ ਸੰਗਤਾਂ ਦੇ ਸਨਮੁੱਖ ਇੱਕ ਘੰਟੇ ਵਾਸਤੇ ਪ੍ਰਸੰਗ ਜਿਹੜਾ ਰੱਖਣਾ ਹੈ, ਇਕਾਗਰਤਾ ਬਖਸ਼ਣੀ ਜੁੜੇ ਰਹਿਣਾ। ਇਸੇ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਭਾਈ ਇੱਕੋ ਛੱਡ ਦਿਓ। ਵਾਹਿਗੁਰੂ 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 Thank you.
ਸਾਵੇਂ ਨਾ ਝੁਕਾਵੇ ਖਾਲਸਾ, ਸਿਰ ਕਿਸੇ ਸਾਵੇਂ ਨਾ ਝੁਕਾਵੇ ਖਾਲਸਾ, ਰੁਤਬਾ ਸ਼ਹੀਦੀਆਂ ਦਾ ਪਾਵੇ ਖਾਲਸਾ, ਰੁਤਬਾ ਸ਼ਹੀਦੀਆਂ ਦਾ ਪਾਵੇ ਖਾਲਸਾ। ਰੁਤਬਾ ਸ਼ਹੀਦੀਆਂ ਦਾ ਪਾਵੇ ਖਾਲਸਾ, ਰੁਤਬਾ ਸ਼ਹੀਦੀਆਂ ਦਾ ਪਾ